ਸਰਕਾਰ ਬਹੁਤ ਵਧੀਆ ਰਹੀ ਹੈ। ਹਾਂ, 2 ਸਾਲ ਦੇ ਵਿੱਚ ਬਹੁਤ ਹੀ ਕੰਮ ਕਰਿਆ ਸਰਕਾਰ ਨੇ, ਬਹੁਤ ਲੋਕ ਖੁਸ਼ ਨੇ। ਕਿ ਪਬਲਿਕ ਦਾ ਜਿਹੜਾ ਕੱਦੂਕਸ ਹੋਇਆ, ਮੈਂ ਆਪਣੀ ਲਾਈਫ 'ਚ ਇੱਡਾ ਵੱਡਾ ਕੱਦੂਕਸ ਹੁੰਦਾ ਨਹੀਂ ਦੇਖਿਆ। ਜੇ ਕੁਛ ਹੋਵੇ ਕਿਸੇ ਇੱਕ ਵਰਗ ਨੂੰ ਖੁਸ਼ ਕਰਕੇ ਦਿਖਾਉਣ, ਕਿਸਾਨ ਉਹ ਵੀ ਤੰਗ, ਮੁਲਾਜ਼ਮ ਉਹ ਵੀ ਤੰਗ, ਸੌਖਾ ਕਿਹੜਾ ਇਹਨਾਂ ਕੋਲੋਂ। ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ, ਜੋ ਹਿੰਦੂ ਮੁਸਲਮਾਨ ਨੂੰ ਜਾਤੀਵਾਦ ਵੰਡ ਕੇ ਰਾਜਨੀਤੀ ਕਰ ਰਹੀ ਹੈ। ਅਲਟਰਾਟੈਕ ਸਮੈਂਟ ਪ੍ਰੈਜ਼ੈਂਟਸ ਜਨਤਾ ਦੀ ਕਚਹਿਰੀ। ਜਨਤਾ ਦੀ ਕਚਹਿਰੀ ਯਾਨੀ ਕਿ ਆਮ ਲੋਕਾਂ ਦੀ, ਆਮ ਆਵਾਮ ਦੀ ਕਚਹਿਰੀ। ਆਮ ਆਵਾਮ ਦੀ ਕਚਹਿਰੀ ਹੀ ਡਿਸਾਈਡ ਕਰਦੀ ਆ ਕਿ ਸੱਤਾ ਦੇ ਵਿੱਚ ਕਿਹਦੀ ਸਰਕਾਰ ਆਊਗੀ, ਕਿਹੜਾ ਸਾਡਾ ਦੇਸ਼ ਦਾ ਪ੍ਰਧਾਨ ਮੰਤਰੀ ਹੋਊਗਾ, ਕੌਣ ਸਾਡੇ ਦੇਸ਼ ਦੀ ਬਾਗਡੋਰ ਸਾਂਭੇਗਾ। ਇਹ ਆਮ ਲੋਕ ਹੀ ਹੁੰਦੇ ਆ ਜੋ ਵੋਟ ਪਾ ਕੇ ਵੱਡੀ ਵੱਡੀ ਉਪਾਧੀਆਂ ਲੀਡਰਾਂ ਨੂੰ ਦਿੰਦੇ ਆ, ਵੱਡੀ ਵੱਡੀ ਉਪਾਧੀਆਂ 'ਤੇ ਪਹੁੰਚਾਉਂਦੇ ਆ। ਅਤੇ ਆਮ ਲੋਕਾਂ ਦੇ ਨਾਲ ਹੀ ਗੱਲਬਾਤ ਕਰਕੇ ਦੇਖਾਂਗੇ ਕਿ 2024 ਦੀ ਚੋਣ ਨੂੰ ਕਿਵੇਂ ਵੇਖ ਰਹੇ ਨੇ। ਪਿਛਲੀ ਕਹਿ ਸਕਦੇ ਕਿ ਆਜ਼ਾਦੀ ਤੋਂ ਬਾਅਦ ਦੀ ਸਰਕਾਰਾਂ ਅਤੇ ਜੋ ਪਿਛਲੀ ਸਰਕਾਰਾਂ ਦੇ ਵਿੱਚ ਕੀ ਬਦਲਾਅ ਆਇਆ, ਕਿਵੇਂ ਦਾ ਸਰਕਾਰਾਂ ਦਾ ਰੁੱਖ ਰਿਹਾ। ਗੱਲਬਾਤ ਦੀ ਸ਼ੁਰੂਆਤ ਭਾਅ ਜੀ ਹੋਰ ਕਰਦੇ। ਭਾਅ ਜੀ ਕੀ ਨਾਮ ਹੈ ਜੀ ਆਪਣਾ? ਹਰਜੀਤ ਸਿੰਘ ਹੈ ਜੀ। ਪਟਿਆਲੇ ਦੇ ਵਸਨੀਕ ਹੋ ਜੀ? ਹਾਂਜੀ ਹਾਂਜੀ। 2024 ਦੀ ਚੋਣ ਆ, ਸਭ ਤੋਂ ਹੋਟ ਸੀਟ ਪਟਿਆਲਾ ਮੰਨੀ ਜਾਂਦੀ ਆ, ਸ਼ਾਹੀ ਇਲਾਕਾ ਗਾ। ਕਦੇ ਤਾਂ ਕਹਿੰਦੇ ਸੀ ਪੂਰਾ ਮਾਲਵਾ ਹੀ ਖੇਤਰ ਆਉਂਦਾ ਹੁੰਦਾ ਸੀ ਕਿਸੇ ਸਮੇਂ 'ਤੇ, ਹੁਣ ਚੱਲ ਛੋਟਾ ਹੋ ਗਿਆ। ਸਰਕਾਰ ਕਿਵੇਂ ਦੀ ਰਹੀ ਪਹਿਲਾਂ? ਸਰਕਾਰ ਬਹੁਤ ਵਧੀਆ ਰਹੀ ਹੈ। ਹਾਂ, 2 ਸਾਲ ਦੇ ਵਿੱਚ ਬਹੁਤ ਹੀ ਕੰਮ ਕਰਿਆ ਸਰਕਾਰ ਨੇ, ਬਹੁਤ ਲੋਕ ਖੁਸ਼ ਨੇ। ਕਿਸ ਤਰੀਕੇ ਦਾ ਕੰਮ, ਕੋਈ ਸ਼ਬਦਾਂ 'ਚ ਬਿਆਨ ਕਰੋ। ਹਾਂ, ਬਿਜਲੀ ਦੇਖੋ ਸਭ ਦੀ ਮਾਫ਼ ਹੋ ਰਹੀ ਹੈ, 80-90% ਲੋਕਾਂ ਦੀ ਬਿਜਲੀ ਮਾਫ਼ ਹੈ। ਵਧੀਆ ਐਵੇਂ ਸਕੂਲ ਬਣਾਤੇ ਹੈ ਜੀ, ਆਪਣਾ ਮਹੱਲਾ ਕਲੀਨਿਕ ਬਣਾਤੇ, 43,000 ਨੌਕਰੀਆਂ ਦੇ ਦਿੱਤੀਆਂ, ਕੋਈ ਕਿਸੇ ਪੈਸਾ ਨਹੀਂ ਲੱਗਿਆ, ਲੋਕ ਬੜੇ ਖੁਸ਼ ਨੇ। ਅੱਛਾ, ਜਿਹੜੇ ਨਾਲੇ ਕਸੀਆਂ ਪਾਣੀ ਛੱਡਤੇ, ਖੇਤਾਂ ਦੇ ਵਿੱਚ ਪਾਣੀ ਲੱਗ ਰਿਹਾ, ਬਹੁਤ ਹੀ ਵਧੀਆ ਕੰਮ ਕਰ ਰਹੀ ਹੈ ਸਰਕਾਰ। ਚੋਣਾਂ, ਲੋਕ ਸਭਾ ਚੋਣਾਂ ਇਹ, ਅਤੇ ਲੋਕ ਸਭਾ ਚੋਣਾਂ ਆਮ ਤੌਰ 'ਤੇ ਪ੍ਰਧਾਨ ਮੰਤਰੀ ਬਣਾਉਂਦੇ, ਕੇਂਦਰ ਸਰਕਾਰ ਬਣਾਉਂਦੀਆਂ, ਕੇਂਦਰ ਸਰਕਾਰ ਕਿਵੇਂ ਦੀ ਰਹੀ ਹੈ? ਪਿਛਲੀ ਕੇਂਦਰ ਸਰਕਾਰ ਉਹਦਾ ਲੋਕ ਇੰਨਾ ਪਸੰਦ ਨਹੀਂ ਕਰਦੇ, ਉਹਨਾਂ ਨੂੰ ਪਸੰਦ ਨਹੀਂ ਕਰਦੇ ਲੋਕ, ਨਾ ਲੋਕ ਉਹ ਲੋਕ ਉਹਨੂੰ ਪਸੰਦ ਕਰ ਜਿਹੜੇ ਸਾਰੀ ਜਨਤਾ ਬਾਰੇ ਸੋਚਣ, ਸਾਰੇ ਲੋਕਾਂ ਬਾਰੇ ਸੋਚਣ, ਸਾਰੇ ਵਰਗਾਂ ਬਾਰੇ ਸੋਚਣ, ਉਸ ਨੂੰ ਲੋਕ ਸਰਕਾਰ ਲੋਕ ਪਸੰਦ ਕਰਦੇ ਸਰਕਾਰ ਨੂੰ। ਠੀਕ ਹੈ ਜੀ। ਆਪਣਾ ਕੀ ਨਾਮ ਹੈ? ਬੇਗ ਸਿੰਘ ਜੀ। ਭਾਅ ਜੀ ਹੋਰੀ ਕਹਿੰਦੇ ਕਿ ਆਮ ਲੋਕ ਜਿਹਨੂੰ ਪਸੰਦ ਕਰਦੇ ਆ ਉਹ ਸਰਕਾਰ ਨਹੀਂ, ਇਹ ਤੁਹਾਨੂੰ ਕੀ ਲੱਗਦਾ ਸਰਕਾਰ ਦੀ ਕਾਰਗੁਜ਼ਾਰੀ ਕਿਵੇਂ ਦੀ ਰਹੀ ਕੇਂਦਰ ਦੀ? ਕਿੰਨੇ 10 ਸਾਲ ਲੈ ਲਏ ਲਗਭਗ, ਮੈਨੂੰ ਲੱਗਦਾ 5 ਤੋਂ 5-10 ਸਾਲ ਲਿੱਤੇ ਆ ਸਰਕਾਰ ਨੇ। ਮੈਂ ਕਹਿੰਦਾ ਵੀ ਸਹੂਲਤਾਂ ਦੇਣਾ ਕੋਈ ਗੁਨਾਹ ਨਹੀਂ ਹੈ, ਪਰ ਇੰਨੀਆਂ ਸਹੂਲਤਾਂ ਦੇ ਕੇ ਖੱਸੀ ਕਰਨਾ ਇਹ ਕੰਮ ਗਲਤ ਹੈ ਜੀ। ਜੇ ਜਿਹੜਾ ਲੋਕ ਇਹ ਲੋਕਾਂ ਨੂੰ ਫਰੀ ਦਿੰਦੇ ਆ ਅਨਾਜ ਫਲਾਣਾ ਢਮਕਾਉਣਾ, ਇਹਦਾ ਲੋਕ ਖੱਸੀ ਕਰਦੇ ਹੀ ਜਮਾਂ, ਕੰਮ ਕਰਨ ਨੂੰ ਬੰਦ ਹੋ ਗਏ। ਸ਼ਹਿਰਾਂ ਦੇ ਵਿੱਚ ਪਿੰਡਾਂ 'ਚ ਜਾਂਦੇ ਹਾਂ ਅਸੀਂ, ਤਾਸ਼ ਖੇਡਦੇ ਹੁੰਦੇ ਜੀ, ਕੰਮ ਨਹੀਂ ਕਰਦੇ, ਬੰਦੇ ਵੀ ਕਣਕ ਮਿਲ ਜਾਣੀ ਆ, ਬਿਜਲੀ ਫਰੀ ਆ, ਪਾਣੀ ਫਰੀ ਆ, ਕੰਮ ਕਰਨ ਦੀ ਕੀ ਜ਼ਰੂਰਤ ਆ? ਇਹ ਜਦੋਂ ਕਿਸੇ ਕੌਮ ਨੂੰ ਖੱਸੀ ਕਰਨਾ ਜੀ, ਉਹਨੂੰ ਫਰੀ ਫੈਸਿਲਿਟੀ ਦੇ ਦਿਓ, ਖਤਮ ਹੋ ਜਾਂਦੀ ਆ ਕੌਮ, ਬਸ ਖਤਮ ਹੋ ਜਾਂਦੀ ਆ। ਆਪਣਾ ਕੀ ਨਾਮ? ਮੇਰਾ ਨਾਮ ਸੁਨੀਲ ਹੈ ਜੀ ਸਰ। ਸੁਨੀਲ ਜੀ, ਇੱਥੋਂ ਦੇ ਵਸਨੀਕ ਹੋ ਪਟਿਆਲੇ ਦੇ? ਅਤੇ ਪਟਿਆਲਾ ਦੇ ਵਾਸੀ ਹੋ, ਵੋਟ ਦਾ ਮਤਲਬ ਐਕਸਪੀਰੀਅੰਸ ਸਭ ਤੋਂ ਵੱਧ ਲੱਗਦਾ ਤੁਹਾਡਾ? ਪੰਜਾਬ ਦੀ ਚੋਣਾਂ ਵੇਖੀ ਹੋਣੀ, ਇੰਡੀਆ ਲੈਵਲ ਦੀ ਚੋਣਾਂ ਦੇਖੀ ਹੋਣੀ, ਸਰਕਾਰ ਕਿਵੇਂ ਦੀ? ਅੱਜ ਜਿਹੜਾ ਸਮਾਂ ਹੈ ਉਹ ਸੈਂਟਰ ਦੀ ਸਰਕਾਰ ਦੇ ਸਵਾਲਾਂ ਦੇ ਉੱਤੇ ਹੋਣਾ ਚਾਹੀਦਾ ਹੈ। ਜੇ ਮੈਂ ਕਹਾਂ ਕਿ ਮੈਂ 10 ਸਾਲਾਂ ਪਿੱਛੇ ਦੇ ਵਿੱਚ ਜਿਹੜੀ ਮਹਿੰਗਾਈ, ਬੇਰੁਜ਼ਗਾਰੀ, ਜੁਮਲੇਬਾਜ਼ੀ, 100% ਜੁਮਲੇਬਾਜ਼ੀ ਸੈਂਟਰ ਦੀ ਸਰਕਾਰ ਵੱਲੋਂ, ਮੋਦੀ ਸਰਕਾਰ ਵੱਲੋਂ ਸਿੱਧਾ ਮੈਂ ਨਾਂ ਲੈਣਾ ਚਾਹੁੰਦਾ ਕਿ ਪਬਲਿਕ ਦਾ ਜਿਹੜਾ ਕੱਦੂਕਸ ਹੋਇਆ, ਮੈਂ ਆਪਣੀ ਲਾਈਫ 'ਚ ਇੱਡਾ ਵੱਡਾ ਕੱਦੂਕਸ ਹੁੰਦਾ ਨਹੀਂ ਦੇਖਿਆ। ਬੇਰੁਜ਼ਗਾਰੀ ਸਭ ਤੋਂ ਮੇਨ ਮੁੱਦਾ,
400 ਦਾ ਸਿਲੰਡਰ 1600 ਦਾ 1200 ਦਾ 1000 ਰੁਪਏ ਦਾ, ਬੇਰੁਜ਼ਗਾਰੀ 15-15 ਲੱਖ ਰੁਪਏ ਤੁਹਾਡੇ ਅਕਾਊਂਟ 'ਚ ਆ ਜਾਣਗੇ, ਅੱਜ ਤੱਕ ਕਿਸੇ ਦੇ ਅਕਾਊਂਟ 'ਚ ਨਹੀਂ ਆਇਆ ਹੈਗਾ, ਠੀਕ ਹੈ ਨਾ। ਔਰ ਸੋਨਾ ਲਾ ਲਓ ਤੁਸੀਂ, ਇਹ ਨਾਰਾ ਲਾਉਂਦੇ ਜੀ ਮੰਗਲ ਸੂਤਰ ਲੈ ਲੈਂਗੇ ਜੀ, ਕਾਂਗ ਮੈਂ ਕਾਗਜ਼ ਪੈਂਟ ਜੁੜਿਆ ਹੋਇਆ ਅਤੇ ਮੈਂ 16 ਮਤਲਬ ਇਹ ਕਹਿੰਦੇ ਜੀ ਮੰਗਲ ਸੂਤਰ ਖੇ ਕਾਂਗਰਸ ਪਾਰਟੀ ਸਰਕਾਰ ਆ ਗਈ ਅਤੇ ਸਭ ਦੇ ਮੰਗਲ ਸੂਤਰ ਛੀਨ ਲੈਣਗੇ। ਤੁਸੀਂ ਸਭ ਮੰਗਲ ਸੂਤਰ ਪਹਿਲਾਂ ਹੀ ਛੀਨ ਲਏ, 25,000 ਦਾ ਸੋਨਾ 76,000, ਚਲੋ 70 ਜੋ ਮਰਜ਼ੀ ਦਾ ਹੈਗਾ। ਇਸ ਕਰਕੇ ਇਹਨਾਂ ਦਾ ਜੋ ਕੰਮ ਹੈ ਇਹਨਾਂ ਨੇ ਦਿਖਾਏ। ਜੇ ਮੈਂ ਤੁਹਾਨੂੰ ਆਪਣੇ ਕੰਮ ਸੁਣਾਵਾਂ ਜਾਂ ਆਪਣੇ ਕਾਂਗਰਸ ਪਾਰਟੀ ਦਾ ਆਪਣੇ ਮੈਨੀਫੈਸਟ ਦੱਸਾਂ, ਇਹ ਜੁਮਲੇਬਾਜ਼ੀ ਨਹੀਂ ਹੋਗੀ। 100% ਜੋ ਕੰਮ ਮੈਨੀਫੈਸਟ 'ਚ ਹੋਇਆ, ਔਰ ਕਈ ਕੰਮ ਇਹੋ ਜਿਹੇ ਜਿਹੜੇ ਪ੍ਰਾਇਓਰਟੀ ਲੈਵਲ 'ਤੇ ਉੱਤੇ ਹੋਣਗੇ, ਜਿਵੇਂ ਤੁਸੀਂ ਲਾ ਲਓ ਨੌਕਰੀਆਂ ਹੋ ਗਈਆਂ, ਬੇਰੁਜ਼ਗਾਰੀ ਦਾ ਮੁੱਦਾ ਹੋ ਗਿਆ, ਜਾਂ ਆਂਗਨਵਾੜੀ ਵਰਕਰਸ ਹੋ ਗਏ ਜਿਨ੍ਹਾਂ ਦੀ ਸੈਲਰੀ 10,000 ਰੁਪਏ ਲੰਬ ਸਮਝੀ, ਇਹ ਗੱਲਾਂ ਦੇ ਸਾਰੀਆਂ ਜੋ ਸਾਡਾ ਮੈਨੀਫੈਸਟੋ ਉਹ ਬਿਲਕੁਲ ਲਾਹੇ ਬੰਦ ਹੋਏਗਾ। ਔਰ ਜੇ ਕਾਂਗਰਸ ਸਰਕਾਰ ਨੂੰ ਇੱਕ ਵਾਰੀ ਮੌਕਾ ਮਿਲ ਗਿਆ, ਇਹ ਸਾਡਾ ਦਾਅਵਾ ਹੋਏਗਾ, ਉਹ ਕੰਮ ਕਰਾਂਗੇ ਕਿ 15 ਸਾਲ ਸਾਡੀ ਸਰਕਾਰ ਨੂੰ ਕੋਈ ਹਟਾ ਨਹੀਂ ਸਕਦਾ। ਭਾਈ ਮੌਜੂਦ ਨੇ ਇੱਕ ਨੌਜਵਾਨ ਵੀ ਮੌਜੂਦ ਆ, ਬਾਈ ਅੱਗੇ ਆਇਓ ਥੋੜ੍ਹਾ। ਆਪਣਾ ਕੀ ਨਾਮ ਬਾਈ? ਜਸਵੀਰ ਸਿੰਘ। ਜਸਵੀਰ ਬਾਈ, ਬਾਈ ਅੰਕਲ ਦਾ ਐਕਸਪੀਰੀਅੰਸ ਬੜਾ ਸੀਗਾ ਸਰਕਾਰਾਂ ਦੇ ਬਾਰੇ ਦੱਸਿਆ, ਕਹਿੰਦੇ ਬੇਰੁਜ਼ਗਾਰੀ ਬਹੁਤ ਵੱਡਾ ਦੇਸ਼ ਦਾ ਮੁੱਦਾ, ਅਸੀਂ ਸਾਰੇ ਪਾਸੇ 'ਚ ਨਿਗਾਹ ਮਾਰ ਕੇ ਦੇਖੀਏ ਕੋਈ ਜਵਾਨ ਨਹੀਂ ਦੀਦਾ ਪਿਆ, ਇੱਥੇ ਸਾਰੇ ਵਿਦੇਸ਼ਾਂ ਵੱਲ ਪ੍ਰਵਾਸ ਕਰ ਰਿਹਾ, ਕਹਿੰਦੇ ਨੌਕਰੀਆਂ ਦੀ ਤਲਾਸ਼ ਦੇ ਵਿੱਚ ਪ੍ਰਵਾਸ ਕਰਨਾ ਜ਼ਰੂਰੀ ਹੋ ਚੁੱਕਿਆ, ਬੇਰੁਜ਼ਗਾਰ ਹੋਵੇ ਤੁਹਾਡਾ ਇੱਕ। ਪਹਿਲੀ ਗੱਲ ਤਾਂ ਜੀ ਵੇਖੋ, ਜਿਹੜੀਆਂ ਇਹ ਇਲੈਕਸ਼ਨ ਹੈ, ਤੁਸੀਂ ਬੜੇ ਲੰਮੇ ਸਮੇਂ ਤੋਂ ਦੇਖਦੇ ਹੋ, ਤੁਸੀਂ ਵੀ ਪਿੰਡ ਪਿੰਡ ਜਾਂਦੇ ਹੋ, ਇਹ ਮੁੱਦਾਹੀਨ ਰਾਜਨੀਤੀ ਹੋਣ ਲੱਗ ਪਈ ਹੈ। ਇੱਕ ਹੁੰਦੀ ਆ ਰਾਜਨੀਤੀ ਕਰਨੀ, ਇੱਕ ਹੁੰਦੀ ਨੀਚਪੁਣੇ ਦੀ ਰਾਜਨੀਤੀ, ਜਿਹੜੀਆਂ ਹੁੰਦੀਆਂ ਸਰਕਾਰਾਂ ਵਾ ਇਹ ਨੀਚਪੁਣੇ ਦੀ ਰਾਜਨੀਤੀ 'ਤੇ ਉਤਰ ਆਉਂਦੀਆਂ ਨੇ। ਜਿਹੜੀਆਂ ਇਹ ਇਲੈਕਸ਼ਨ ਨੇ 2024 ਵਾਲੀਆਂ ਜਿਹੜੀਆਂ ਇਲੈਕਸ਼ਨ ਨੇ ਆਪਣਾ ਇਲੈਕਸ਼ਨ ਲੜਦੇ ਪਏ ਨੇ, ਇਹਦੇ ਵਿੱਚ ਗੌਰਮੈਂਟ ਜੇਕਰ BJP ਗੌਰਮੈਂਟ ਦਾ ਆਪਾਂ ਰਿਜ਼ਲਟ ਦੇਖੀਏ ਤਾਂ ਪਿਛਲੇ 10 ਸਾਲਾਂ 'ਚ ਕੋਈ ਵਧੀਆ ਰਿਜ਼ਲਟ ਨਹੀਂ ਦੇਖਣ ਨੂੰ ਮਿਲਿਆ। ਉਹਦੇ ਵਿੱਚ ਕੀ ਹੈ ਕਿ ਸਭ ਤੋਂ ਵੱਡੀ ਮਾਰ ਜਿਹੜੀ ਹੈ ਸਾਡੇ ਦੇਸ਼ 'ਤੇ ਜਿਹੜਾ ਕਰਜ਼ਾ, ਉਹ ਦਿਨ ਬਾਈ ਦਿਨ, ਅੱਜ ਬੱਚਾ, ਅੱਜ 1 ਮਿੰਟ ਹੁਣ ਵੀ ਬੱਚਾ ਪੈਦਾ ਹੋਵੇਗਾ ਉਹਦੇ ਜੰਮਦੇ 'ਤੇ ਕਰਜ਼ਾ। ਸਾਡਾ ਦੇਸ਼ ਕਰਜ਼ੇ ਵਿੱਚ ਬਹੁਤ ਡੁੱਬ ਚੁੱਕਾ ਹੈ, ਕਹਿਣ ਨੂੰ ਵੱਡੇ ਵੱਡੇ ਜੁਮਲੇ ਨੇ। ਜੇਕਰ ਅਸੀਂ 15 ਲੱਖ ਵੇਖ ਕੇ ਵੋਟ ਪਾ ਰਹੇ ਹਾਂ, ਆਟਾ ਦਾਲ ਫਰੀ ਵੇਖ ਕੇ ਵੋਟ ਪਾ ਰਹੇ ਹਾਂ, ਜਾਂ ਮੰਨ ਲਓ ਬਿਜਲੀ ਫਰੀ ਵੇਖ ਕੇ ਵੋਟ ਪਾ ਰਹੇ ਹਾਂ, ਸਫ਼ਰ ਫਰੀ ਵੇਖ ਕੇ ਵੋਟ ਪਾ ਰਹੇ ਹਾਂ, 1,000 ਰੁਪਈਆ ਫਰੀ ਵੇਖ ਕੇ ਵੋਟ ਪਾ ਰਹੇ ਹਾਂ, ਤਾਂ ਸਾਰੀ ਜ਼ਿੰਦਗੀ ਤੁਹਾਡੇ 76 ਪੈਣਗੇ। ਇਹ ਗੱਲ ਨੂੰ ਨੋਟ ਕਰਨਾ ਪਵੇਗਾ, ਆਪਾਂ ਨੂੰ ਸਮਝਣਾ ਪਵੇਗਾ ਕਿ ਸਾਡਾ ਅਸਲੀ ਸਾਡੇ ਮੁੱਦੇ ਹੈ ਕੀ ਹੈ, ਸਾਡੇ ਐਜੂਕੇਸ਼ਨ ਸਾਡਾ ਮੁੱਦਾ ਹੈ। ਅੱਜ ਜਿਹੜੇ ਗੌਰਮੈਂਟ ਪਿਛਲੇ ਕਹਿ ਰਹੀ ਸੀ ਅਸੀਂ 1,00,000 ਨੌਕਰੀਆਂ ਦੇਵਾਂਗੇ, ਕੋਈ ਨੌਕਰੀ ਦਾ ਨਹੀਂ ਕਹਿ ਰਹੇ। ਵੀਰ ਜੀ, ਕਾਂਗਰਸ ਗੌਰਮੈਂਟ ਦੀ ਕਹਿ ਗਈ ਗੱਲ, ਲੰਮਾ ਸਮਾਂ ਕਾਂਗਰਸ ਗੌਰਮੈਂਟ ਰਹੀ ਸੀ, ਉਹਨਾਂ ਨੇ ਕੀ ਦਿੱਤਾ? ਆਮ ਆਦਮੀ ਪਾਰਟੀ ਆਈ ਸੀਗੀ, ਇਹਨਾਂ ਨੇ ਕੀ ਕਰ ਦਿੱਤਾ? BJP ਅਸਲ ਮੇ ਸਾਨੂੰ ਆਪਣੇ ਆਪ ਨੂੰ ਸਮਝਣ ਦੀ ਲੋੜ ਹੈ ਕਿ ਇਹ ਸਮਾਂ ਕੀ ਚੱਲਦਾ ਪਿਆ ਅਤੇ ਗੌਰਮੈਂਟਾਂ ਸਾਨੂੰ ਕਿਵੇਂ ਵਰਤ ਰਹੀਆਂ ਨੇ। ਸਵਾਲ ਵੱਡਾ ਗਾ, ਕਹਿੰਦੇ ਕਿ ਰੁਜ਼ਗਾਰ ਨਹੀਂ ਮਿਲਦਾ, ਭਾਲ ਦੇ ਵਿੱਚ ਜਾਂਦੇ ਆ, ਵੱਡੇ ਵੱਡੇ ਵਾਅਦੇ ਕਰਦੀਆਂ ਸਰਕਾਰਾਂ, ਇੱਕ ਫਰੀ ਦਾ ਲਾਲਚ ਦਾ, ਹੋਰਾਂ ਦੇ ਨਾਲ ਗੱਲਬਾਤ। ਕੀ ਨਾਮ ਹੈ ਜੀ ਆਪਣਾ? ਮੈਂ ਜਸਵੰਤ ਸਿੰਘ ਕਾਲੋਂ। ਮੈਂ ਅੱਜ ਪਹਿਲਾਂ ਤਾਂ ਧੰਨਵਾਦ ਕਰੂੰਗਾ ਤੁਹਾਡਾ ਲਿਵਿੰਗ ਇੰਡੀਆ ਦਾ ਕਿ ਤੁਸੀਂ ਸਾਡੇ ਵਿਹੜੇ ਵਿੱਚ ਆਏ ਹੋ। ਮੈਂ ਇੱਕ ਵੋਟਰ ਹੈ ਆਜ਼ਾਦ ਹਿੰਦੁਸਤਾਨ ਦਾ, ਅਤੇ ਮੈਂ ਐਜ਼ ਏ ਵੋਟਰ ਹੀ ਗੱਲ ਕਰੂੰਗਾ, ਕਿਉਂਕਿ ਜਿਹੜੀ ਕਚਹਿਰੀ ਹੈ ਇੱਥੇ ਹਰੇਕ ਪਾਰਟੀ ਦਾ, ਹਰੇਕ ਸੋਚ ਦਾ ਬੰਦਾ ਖੜ੍ਹਾ। ਮੈਂ ਇੱਕ ਐਜ਼ ਏ ਵੋਟਰ, ਕਿਉਂਕਿ ਇਲੈਕਸ਼ਨ ਆ ਰਹੀ ਹੈ, ਤੁਸੀਂ ਇਲੈਕਸ਼ਨ ਦੇ ਸੰਬੰਧ 'ਚ ਸਾਡੇ ਵਿਚਾਰ ਲੈਣ ਆਏ ਹੋ, ਅਤੇ ਮੈਂ ਐਜ਼ ਏ ਵੋਟਰ ਹੀ ਆਪਣੇ ਵਿਚਾਰ ਦੇਣੇ ਚਾਹੁੰਦਾ। ਜਿਵੇਂ ਸਾਥੀਆਂ ਨੇ ਗੱਲ ਕੀਤੀ ਹੈ, ਇਹਨਾਂ ਨੇ ਗੱਲ ਕੀਤੀ ਹੈ ਕਿ ਕਾਂਗਰਸ ਬਹੁਤ ਅੱਛੀ ਸੀ, BJP ਬਹੁਤ ਅੱਛੀ ਹੈ, ਸਾਰੇ ਜਾਣਦੇ ਨੇ, ਸਾਰੇ ਇੰਟਲੈਕਚੁਅਲ ਜਿੰਨੇ ਵੀ ਇੱਥੇ ਇੰਟਲੈਕਚੁਅਲ ਖੜ੍ਹੇ ਨੇ, BJP ਦਾ ਜੋ ਖਾਸਾ ਹੈ ਉਹ ਉੱਪਰ ਦੇ, ਕਿਉਂਕਿ ਪਾਰਲੀਮੈਂਟ ਦੀਆਂ ਚੋਣਾਂ ਆਪਾਂ ਗੱਲ ਹੀ ਪਾਰਲੀਮੈਂਟ ਦੀ ਕਰੀਏ,
ਕਿਉਂਕਿ ਵਿਧਾਨ ਸਭਾ ਦੀਆਂ ਚੋਣਾਂ ਹੁੰਦੀਆਂ ਤਾਂ ਵਿਧਾਨ ਸਭਾ ਦੀ ਗੱਲ ਕਰਦੇ, ਠੀਕ ਹੈ, ਸੋਚ ਸਾਡੀ ਜੁੜੀ ਹੋਈ ਆ ਕਿਸੇ ਪਾਰਟੀ ਨਾਲ ਵੀ, ਪਰ ਅਸੀਂ ਦੇਖਣਾ ਇਹਦੇ ਵੋਟਰ 'ਤੇ ਕੀ ਹੋ ਰਿਹਾ ਅਤੇ ਕੀ ਹੋਣਾ ਚਾਹੀਦਾ। ਜਿਵੇਂ ਗੱਲ ਬੇਰੁਜ਼ਗਾਰੀ ਦੀ ਆਈ ਹੈ, ਉਹ ਤਾਂ ਮੋਦੀ ਨੇ ਬੜੇ 10 ਸਾਲ ਲਾਰੇ ਲਾ ਕੇ ਇੰਨੇ ਕਰੋੜ ਨੌਕਰੀਆਂ ਦੇ ਦੇਵਾਂਗੇ, ਕੋਈ ਨੌਕਰੀ ਨਹੀਂ ਮਿਲ ਰਹੀ, ਆਹ ਸਾਡੇ ਸਾਰਿਆਂ ਦੇ ਬੱਚੇ ਬਾਹਰ ਵਿਦੇਸ਼ਾਂ 'ਚ ਉੜ ਰਹੇ ਨੇ, ਅਸੀਂ ਇੱਥੇ ਆ ਸਾਰੇ ਬੈਠੇ ਇੱਥੇ ਰੁਲ ਰਹੇ ਹਾਂ। ਅਤੇ ਜੇ ਸਰਕਾਰਾਂ ਸਾਡੇ ਇਸ ਪਾਸੇ ਧਿਆਨ ਦਿੰਦੀਆਂ, ਇਕੱਲੀ ਵੋਟ ਰਾਜਨੀਤੀ ਨਾ ਕਰਦੀਆਂ, ਕੋਈ ਸਾਨੂੰ ਇਹੋ ਜਿਹੀਆਂ ਸੁਵਿਧਾ ਦਿੰਦੀਆਂ, ਤਾਂ ਅਸੀਂ ਜ਼ਰੂਰ ਕੋਈ ਸਮਝਦੇ ਵੀ ਠੀਕ ਹੈ। ਦੂਜੀ ਗੱਲ ਰਹੀ ਲੋਕਲ, ਜਿਵੇਂ ਇਹਨਾਂ ਨੇ ਕਿਹਾ ਕਿ ਇਹ ਤਾਂ ਫਰੀ ਦੀਆਂ ਰੋੜੀਆਂ ਤਾਂ ਮੋਦੀ ਨੇ ਵੀ ਮੰਨਤੀਆਂ, ਆਉਣ ਵਾਲੇ 5 ਸਾਲ ਲਈ ਫਰੀ ਕਣਕ ਦਿੱਤੀ, ਆਹ ਸਾਡੇ ਜਿਹੜੇ ਇੱਥੇ ਮਜ਼ਦੂਰ ਬੈਠੇ ਉਹ ਕੰਮ ਨਹੀਂ ਕਰਦੇ, ਉਹ 5 ਸਾਲ ਲਈ ਤਾਂ ਫਿਰ ਕਣਕ ਉਹ ਲੈ ਕੇ ਅਤੇ ਉਹ ਕਰ ਰਹੇ ਨੇ। ਸੋ ਠੀਕ ਹੈ, ਫਰੀ ਦੀਆਂ ਰੇੜੀਆਂ ਨਹੀਂ ਹੋਣੀਆਂ ਚਾਹੀਦੀਆਂ। ਜਿਹੜੀਆਂ ਸੁਵਿਧਾ ਅਸੀਂ ਮੰਗਦੇ ਹਾਂ, ਜਿਵੇਂ ਨੌਜਵਾਨ ਸਾਥੀ ਨੇ ਕਿਹਾ ਸਾਨੂੰ ਅੱਛੀ ਸਿੱਖਿਆ ਦੀ ਲੋੜ ਹੈ, ਸਾਨੂੰ ਅੱਛੀ ਸਿਹਤ ਦੀ ਲੋੜ ਹੈ, ਅਤੇ ਸਾਨੂੰ ਇਹ ਬੇਰੁਜ਼ਗਾਰੀ ਦਾ ਦੈਂਤ, ਜਿਹੜੇ ਗਰੀਬੀ ਦੂਰ ਕਰਾਂਗੇ, ਬੇਰੁਜ਼ਗਾਰੀ ਦੂਰ ਕਰਾਂਗੇ ਕਹਿ ਕੇ 75 ਸਾਲ ਸਾਨੂੰ ਲੁੱਟਿਆ ਇਹਨਾਂ ਨੇ, ਉਹਦੇ ਵਿਰੁੱਧ ਵੋਟ ਪਾਵਾਂਗਾ ਇਹਦੇ ਵੋਟਰ ਮੈਂ। ਆਪਣਾ ਕੀ ਨਾਮ ਹੈ? ਬਲਜੀਤ ਸਿੰਘ ਹੈ ਜੀ। ਨੌਜਵਾਨ ਨੇ ਬੜਾ ਵੱਡਾ ਸਵਾਲ ਖੜਾ ਕੀਤਾ ਰੁਜ਼ਗਾਰ ਨੂੰ ਲੈ ਕੇ, ਕਹਿੰਦੇ ਨੌਕਰੀਆਂ ਦੀ ਭਾਲ ਦੇ ਵਿੱਚ ਵਿਦੇਸ਼ ਦੇ ਵਿੱਚ ਜਾਂਦੇ ਹਾਂ, ਇੱਥੇ ਨੌਕਰੀ ਨਹੀਂ ਮਿਲ ਰਹੀਗੀ, ਫਰੀ ਦੇ ਲਾਲਚ ਸਰਕਾਰਾਂ ਹਰ ਸਾਲ ਦਿੰਦੀਆਂ, ਭਾਅ ਜੀ ਹੋਰੀ ਕਹਿੰਦੇ ਫਰੀ ਦੀ ਰੇਵੜੀਆਂ ਵੰਡਦੇ ਆ, ਜਦਕਿ ਮੁੱਖ ਤੌਰ 'ਤੇ ਸਿਹਤ ਅਤੇ ਸਿੱਖਿਆ ਮੁੱਖ ਹੋਣੀ ਚਾਹੀਦੀ। ਜੇ ਆਪਾਂ ਛੋਟੇ ਲਫ਼ਜ਼ਾਂ 'ਚ ਗੱਲ ਕਰੀਏ ਕੀ ਕਹੋਗੇ? ਦੇਖੋ ਜੀ, ਬੇਰੁਜ਼ਗਾਰੀ ਤਾਂ ਹੈਗੀ ਓ ਹੈ, ਇਹਦੇ 'ਚ ਕੋਈ ਦੋ ਰਾਇਆਂ ਨਹੀਂ ਹੈਗੀਆਂ। ਉਹ ਸਰਕਾਰ ਭਾਵੇਂ ਦਿੱਲੀ ਦੀ ਹੈ ਚਾਹੇ ਪੰਜਾਬ ਦੀ ਹੈ, ਪਰ ਰੁਜ਼ਗਾਰ ਕੋਈ ਨਹੀਂ ਪੰਜਾਬ 'ਚ ਵੀ, ਵਿਹਲੀ ਦੁਨੀਆ ਤੁਰੀ ਫਿਰਦੀ ਹੈ। ਫਿਰ ਜੇ ਕੁਛ ਹੋਵੇ ਕਿਸੇ ਇੱਕ ਵਰਗ ਨੂੰ ਖੁਸ਼ ਕਰਕੇ ਦਿਖਾਉਣ, ਕਿਸਾਨ ਉਹ ਵੀ ਤੰਗ, ਮੁਲਾਜ਼ਮ ਉਹ ਵੀ ਤੰਗ, ਸੌਖਾ ਕਿਹੜਾ ਇਹਨਾਂ ਕੋਲੋਂ? ਬਸ ਇਹ ਨਹੀਂ ਗੱਲ। ਆਪਣਾ ਕੀ ਨਾਮ ਹੈ ਜੀ? ਸੁਰਿੰਦਰ ਸਿੰਘ ਹੈ ਜੀ। ਵੱਡੇ ਮੁੱਦੇ ਆ ਅੱਜ, ਨੌਜਵਾਨ ਸਿਰਫ ਇੱਕ ਦਿਖਿਆ ਸਾਰੀ ਡਿਬੇਟ ਦੇ ਵਿੱਚ, ਸਾਰੇ ਲੋਕ ਜਿਵੇਂ ਕਹਿ ਜਨਤਾ ਦੀ ਕਚਹਿਰੀ ਦੇ ਵਿੱਚ ਇੱਕ ਨੌਜਵਾਨ ਸੀਗਾ, ਮੁੱਦਾ ਚੱਕਿਆ ਬੇਰੁਜ਼ਗਾਰੀ ਦਾ, ਫਰੀ ਦੀ ਰੇਵੜੀਆਂ। ਦੇਖੋ ਜੀ, ਸਾਡੀਆਂ ਤਾਂ ਦੋਵੇਂ ਗੱਲਾਂ ਨੇ ਜੀ, ਇੱਕ ਮਿਲਾਵਟਖੋਰੀ ਅਤੇ ਬੇਰੁਜ਼ਗਾਰੀ, ਅਤੇ ਬਾਕੀ ਤੁਸੀਂ ਅੱਗੇ ਗੱਲ ਕਰੋ ਬੰਦੇ ਨਾਲ, ਆਪਾਂ ਤਾਂ ਨਹੀਂ ਕਰਦੇ। ਆਪਣਾ ਕੀ ਨਾਮ ਹੈ ਜੀ? ਸਤਨਾਮ ਸਿੰਘ ਵਿਰਕ ਜੀ। ਵਿਰਕ ਸਾਹਿਬ, 2024 ਦੀ ਚੋਣ ਆ ਰਹੀ ਆ, ਕੇਂਦਰ ਸਰਕਾਰ ਦਾ ਕੰਮ ਕਿਵੇਂ ਦਾ ਰਿਹਾ, ਕਿਵੇਂ ਲੱਗੀ? 10 ਸਾਲ ਲਿੱਤੇ ਸੀਗੇ ਕੰਮ ਨੂੰ ਲੈ ਕੇ, ਵੋਟ ਹਰੇਕ ਪਾਉਂਦਾ ਗਾ, ਕੰਮ ਹੋਊਗਾ ਹਲਕੇ ਦਾ ਤਾਂ ਹੀ ਵੋਟ ਪਾਵਾਂਗੇ। ਕਹਿੰਦੇ ਜੇ ਹਸਪਤਾਲ ਚੰਗਾ ਹੋਊਗਾ ਤਾਂ ਸਿਖਾਲੇ ਹੋਣਗੇ ਕੰਮ, ਟਰਾਂਸਪੋਰਟ ਦੀ ਫੈਸਿਲਿਟੀ ਚੰਗੀ ਹੋਊਗੀ ਤਾਂ ਵੀ ਸਿਖਾਲੇ ਹੋਣਗੇ ਕੰਮ। ਤੁਸੀਂ ਕਿਵੇਂ? ਦੇਖੋ ਜਿਹੜੀ ਸੈਂਟਰ ਦੀ ਸਰਕਾਰ ਹੈ ਜਾਂ ਅੱਜ ਕੱਲ੍ਹ ਜੋ ਮੌਜੂਦਾ ਸਰਕਾਰ ਹੈ ਸੈਂਟਰ ਦੀ, ਉਹ ਤੁਸ਼ਟੀਕਰਨ ਦੀ ਰਾਜਨੀਤੀ ਕਰ ਰਹੀ ਹੈ, ਜੋ ਹਿੰਦੂ ਮੁਸਲਮਾਨ ਨੂੰ ਜਾਤੀਵਾਦ ਵੰਡ ਕੇ ਰਾਜਨੀਤੀ ਕਰ ਰਹੀ ਹੈ, ਜੋ ਅਸੀਂ ਸਾਰਾ ਭਾਈਚਾਰਾ ਹਿੰਦੂ ਮੁਸਲਮਾਨ ਸਿੱਖ ਈਸਾਈ ਸਭ ਬਰਾਬਰ ਹਾਂ, ਕੋਈ ਦੇਸ਼ 'ਚ ਕਿਸੇ ਦਾ ਕੋਈ ਫਰਕ ਨਹੀਂ, ਅਸੀਂ ਕੋਈ ਫਰਕ ਨਹੀਂ ਸਮਝਦੇ, ਪਰ ਸੈਂਟਰ 'ਚੋਂ ਜਿਹੜੀਆਂ ਨੀਤੀਆਂ ਆਉਂਦੀਆਂ ਨੇ ਉਹ ਸਾਨੂੰ ਵੰਡਦੀਆਂ ਨੇ, ਅਸੀਂ ਬਿਲਕੁਲ ਵੰਡਣ ਵਾਲੇ ਪਾਸੇ ਨਹੀਂ ਜਾਂਦੇ, ਅਸੀਂ ਬਰਾਬਰ ਹਾਂ, ਸਾਰੇ ਨਾਗਰਿਕ ਸਾਰੇ ਹੀ ਇੱਕ ਵੋਟ ਇੱਕ ਅਧਿਕਾਰ ਹੈ ਸਭ ਨੂੰ। ਜਿਹੜੀ ਬੇਰੁਜ਼ਗਾਰੀ ਮੁੱਦਾ ਸਭ ਤੋਂ ਵੱਡਾ, ਮਹਿੰਗਾਈ ਸਭ ਤੋਂ ਵੱਡਾ, ਸਿਹਤ ਸਭ ਤੋਂ ਵੱਡਾ, ਹੋਰ ਵੀ ਕਾਫੀ ਮੁੱਦੇ ਨੇ ਜਿਹੜੇ ਸਾਨੂੰ ਆਪ ਲਾਈਫ 'ਚ ਚਾਹੀਦੇ ਨੇ, ਜਿਵੇਂ ਇਹਨਾਂ ਨੇ ਦੇਖਿਆ ਬੇਰੁਜ਼ਗਾਰੀ ਸਾਡੇ ਬੱਚੇ ਵੀ ਸਾਰੇ ਤਿੰਨੇ ਬਾਹਰ ਨੇ, ਅਸੀਂ ਬਜ਼ੁਰਗਾਂ, ਸਾਡਾ ਸੰਸਕਾਰ ਕਰਨ ਲਈ ਵੀ ਸ਼ਾਇਦ ਕੋਈ ਨਾ ਬਚੇਗਾ ਇੱਥੇ, ਅਸੀਂ ਸ਼ਾਇਦ ਉਦੋਂ ਸਖ਼ਤ ਸੰਸਥਾ ਬਣ ਜਾਣਗੀਆਂ। ਮੈਨੂੰ ਪਤਾ ਲੱਗਿਆ ਜਲੰਧਰ ਵੱਲ ਬਣੀ ਹੋਈ ਆ, ਉਹ 35,000 ਰੁਪਇਆ ਲੈਂਦੇ ਨੇ, ਬਜ਼ੁਰਗ ਨਾਮ ਦਾਖਲ ਕਰਾਓ, ਫੁੱਲ ਜਿਹੜੇ ਨੇ ਬੱਚਿਆਂ ਨੂੰ ਭੇਜ ਦਿੰਦੇ ਆ, ਅਤੇ ਬਾਕੀ ਬਾਅਦ 'ਚ ਤੁਸੀਂ ਆਪਣੇ ਕਿਰਿਆ ਕਰਮ 'ਤੇ ਆਉਣ ਚਾਹੇ ਨਾ ਆਉਣ, ਇਸ ਕਰਕੇ ਹੋਰਾਂ ਨਾਲ ਕਰ ਲੈਂਦੇ ਹਾਂ, ਹੋਰਾਂ ਤੋਂ ਵੀ ਲੈ ਲਈਏ। ਆਪਣਾ ਕੀ ਨਾਮ ਭਾਜੀ? ਗੁਰਿੰਦਰ ਸਿੰਘ ਜੀ। ਅੱਗੇ ਆ ਜਾਓ, ਤੁਹਾਡਾ ਤੁਸੀਂ ਵੀ ਅੱਗੇ ਆ ਜੀ। ਸਵਾਲ ਵੱਡਾ ਖੜਾ ਕਰਤਾ, ਕਹਿੰਦੇ ਬਾਹਰ ਨੂੰ ਜਾ ਰਹੇ ਆ ਸਾਡੇ ਸੰਸਕਾਰ ਕਰਨ ਵਾਸਤੇ ਵੀ, ਕਹਿੰਦੇ ਹੁਣ ਜਵਾਕ ਸਾਰੇ ਬਾਹਰ ਆ, ਨੌਜਵਾਨ ਕੋਈ ਵੀ ਨਹੀਂ ਦੀਦਾ, ਤੁਸੀਂ ਕਿਵੇਂ ਵੇਖ ਰਹੇ? ਜਿਹੜੇ ਜੀ ਇਹ ਕਹਿੰਦੇ ਬਾਹਰ ਜਾ ਰਹੇ ਨੇ, ਬਾਹਰ ਇੱਕ ਮਜਬੂਰੀ ਬਣ ਗਈ, ਉਰੇ ਸਰਕਾਰਾਂ ਨੇ ਡਿਪਾਰਟਮੈਂਟ ਬਣਾ ਤੇ ਸਰਕਾਰ ਦਾ ਆਪਾਂ ਕਹੇਗਾ ਕਸੂਰ ਸਾਰੀ ਸਰਕਾਰ ਦਾ, ਪਰ ਸਰਕਾਰ ਨੇ ਅੱਗੇ ਡਿਪਾਰਟਮੈਂਟ ਬਣਾਏ, ਉਹ ਆਪਣਾ ਕੰਮ ਕਿਉਂ ਨਹੀਂ ਕਰ ਰਹੇ?
ਹੁਣ ਆਪਾਂ ਬੇਰੁਜ਼ਗਾਰੀ ਦਾ ਕਹਿੰਦੇ ਹਾਂ, ਬੇਰੁਜ਼ਗਾਰੀ ਦੇ ਵਿੱਚ ਇੱਕ ਇੱਕ ਬੰਦੇ ਤੋਂ ਡਿਪਾਰਟਮੈਂਟ 'ਚੋਂ ਇੱਕ ਬੰਦੇ ਤੋਂ ਤਿੰਨ ਤਿੰਨ ਬੰਦਿਆਂ ਦਾ ਕੰਮ ਲਿੱਤਾ ਜਾ ਰਿਹਾ। ਇੱਕ ਜਿਵੇਂ ਲੇਬਰ ਡਿਪਾਰਟਮੈਂਟ ਬਣਿਆ ਹੋਇਆ, ਲੇਬਰ ਡਿਪਾਰਟਮੈਂਟ 'ਚ ਇੰਸਪੈਕਟਰ ਨੇ, ਅਸਿਸਟੈਂਟ ਲੇਬਰ ਕਮਿਸ਼ਨਰਸ ਨੇ, ਲੇਬਰ ਕਮਿਸ਼ਨਰਸ ਨੇ, ਉਹ ਬਣੇ ਹੋਏ ਨੇ, ਉਹ ਆਪਣਾ ਕੰਮ ਕਿਉਂ ਨਹੀਂ ਕਰ, ਕਿਉਂ ਨਹੀਂ ਫੈਕਟਰੀਆਂ ਦੇ ਵਿੱਚ, ਕੰਪਨੀਆਂ ਦੇ ਵਿੱਚ, ਮਲਟੀਨੈਸ਼ਨਲ ਕੰਪਨੀਆਂ ਚੈਕਿੰਗ ਕਿਉਂ ਨਹੀਂ ਕਰਦੇ? ਜਦੋਂ ਚੈਕਿੰਗ ਕਰੋ ਤਾਂ ਉਹਨਾਂ ਦੇ ਰਿਕਾਰਡ ਨਹੀਂ ਪਾਏ ਜਾਂਦੇ, ਅਤੇ ਜਦੋਂ ਕੋਈ ਕੰਪਲੇਂਟ ਆਉਂਦੀ ਹੈ, ਕੁਛ ਆਉਂਦੀ ਹੈ, ਉਹਨਾਂ ਨੂੰ ਬਾਰੋਂ ਬਾਰੀ ਖਤਮ ਕੀਤਾ ਜਾਂਦਾ। ਇਹਨੂੰ ਦੇਖ ਕੇ ਪਬਲਿਕ ਦਾ, ਮਿਡਲ ਕਲਾਸ ਫੈਮਿਲੀ ਇਹਦੇ ਉੱਤੇ ਅਗੇਂਸਟ ਕੋਈ ਇਹਨਾਂ ਦੇ ਐਕਸ਼ਨ ਨਹੀਂ ਲੈ ਸਕਦੀ, ਕਿਉਂਕਿ ਅਫਸਰ ਨੇ ਉਹ ਅਫਸਰ ਸਰਕਾਰਾਂ ਦੇ ਨਾਲ ਸਰਕਾਰਾਂ ਦੇ ਬੰਦੇ ਨੇ। ਇਸ ਕਰਕੇ ਇਹ ਸਾਰੇ ਬੰਦੇ ਬੇਰੁਜ਼ਗਾਰ ਜਿਹੜੇ ਹੈਗੇ ਆਪਾਂ ਕਹਿ ਰਹੇ ਹਾਂ, ਇਹ ਮਜਬੂਰੀ ਕਰਕੇ ਬਾਹਰ ਜਾ ਰਹੇ ਨੇ, ਹੋਰ ਇਹਨਾਂ ਦਾ ਕੋਈ ਰੀਜ਼ਨ ਨਹੀਂ ਹੈਗਾ। ਤੁਹਾਡਾ ਕੀ ਨਾਮ ਹੈ? ਅਸ਼ੋਕ ਕੁਮਾਰ ਜੀ। ਗੱਲ ਤੋਂ ਸਹਿਮਤ ਹੋ ਜਿਹੜੀ ਸੁਣੀ ਇਹਨਾਂ ਤੋਂ, ਕਹਿੰਦੇ ਜਵਾਨ ਬਾਹਰ ਜਾ ਰਹੇ ਆ, ਯੂਥ ਬਾਹਰ ਜਾ ਰਹੇ ਆ, ਇੱਕ ਸਾਰੀ ਕਹਿ ਸਕਦੇ ਹਾਂ ਕਿ ਨਸਲ ਬਾਹਰ ਜਾ ਚੁੱਕੀ ਆ, ਹੁਣ ਵੀ ਲਗਾਤਾਰ ਜਾ ਰਹੀ ਆ, ਅਤੇ ਰੁਜ਼ਗਾਰ ਚਾਹੀਦਾ, ਬਾਹਰ ਜਾਣ ਤੋਂ ਰੋਕਣਾ ਚਾਹੀਦਾ, ਸਰਕਾਰ ਨੂੰ ਸੋਚਣਾ ਚਾਹੀਦਾ ਇਹਦੇ ਬਾਰੇ। ਹਾਂਜੀ, ਤਰੀਕਾ ਹੈ ਕੋਈ ਮਨ ਦੇ ਵਿੱਚ ਕਿ ਇਸ ਤਰੀਕੇ ਨਾਲ ਰੋਕਿਆ ਜਾ ਸਕੇ ਜਿਵੇਂ ਰੁਜ਼ਗਾਰ? ਇਹ ਗੌਰਮੈਂਟ ਨੂੰ ਕੋਈ ਨਾ ਕੋਈ ਇੰਡਸਟਰੀਆਂ ਲਾਉਣੀਆਂ ਚਾਹੀਦੀਆਂ ਇੱਥੇ, ਪ੍ਰਾਈਵੇਟ ਲੋਕਾਂ ਨੂੰ ਰੁਜ਼ਗਾਰ ਮਿਲ ਸਕੇ। ਹਾਂਜੀ, ਸਿਸਟਮ ਖਤਮ ਕਰਨ, ਪੱਕੀਆਂ ਨੌਕਰੀ, ਲੱਖਾਂ ਪੋਸਟਾਂ ਖਾਲੀ ਪਈਆਂ ਨੇ, ਉਹ ਭਰਨ, ਜਾਣ ਬੁੱਝ ਕੇ ਨਹੀਂ ਭਰਦੇ, ਹਰੇਕ ਮਹਿਕਮੇ ਨੂੰ ਖਤਮ ਕਰ ਰਹੇ ਨੇ, ਪ੍ਰਾਈਵੇਟੇਸ਼ਨ ਲਿਆਉਣੀ ਹੈ ਇਹਨਾਂ ਨੇ, ਰੇਲ ਜੇ ਅਕੇਲ ਸਭ ਕੁਛ ਵੇਚਤਾ ਇਹਨਾਂ ਨੇ, ਇਹ ਸਾਰਾ ਵੇਚਤਾ, ਅਤੇ ਬੇਰੁਜ਼ਗਾਰੀ ਆਉਣੀ ਆਉਣੀ ਹੈ। ਉਹ ਆਪਣੀ ਮਰਜ਼ੀ ਦੇ ਬੰਦੇ ਰੱਖਣਗੇ, ਤੁਸੀਂ 5,000 'ਚ ਕੰਮ ਕਰਦੇ ਹੋ, ਸਰਕਾਰੀ ਨੌਕਰੀ ਆਈ ਦਾ 50,000, 60,000, 70,000 'ਚ ਕੰਮ ਕਰਨਾ ਪਏਗਾ, ਹੁਣ 5,000-7,000 ਅਤੇ ਬੱਚੇ ਜਿਹੜੇ ਨੇ ਉਹ ਇੱਥੇ ਧੱਕੇ ਖਾ ਰਹੇ ਨੇ। ਮੇਰੇ ਖਿਆਲ ਜੇ ਦੁੱਧ ਦਾ ਬਿੱਲ ਦੇਣਾ ਹੋਵੇ ਉਹ ਵੀ ਪੂਰਾ ਨਹੀਂ ਹੁੰਦਾ। ਭਾਈ ਆਪਣਾ ਕੀ ਨਾਮ ਆ? ਪ੍ਰਭਜੀਤ ਪਾਲ ਸਿੰਘ, ਐਡਵੋਕੇਟ। ਇਲੈਕਸ਼ਨ ਆ ਰਿਹਾ 2024 ਦੇ ਅਹਿਮ ਇਲੈਕਸ਼ਨ ਮੰਨੇ ਜਾ ਰਹੇ ਆ, ਸਮਾਂ ਬਦਲ ਚੁੱਕਿਆ, ਹੁਣ ਦਾ ਸਮਾਂ 2024 ਦਾ, 24 ਦਾ ਯਾਨੀ 5G to 6G ਦਾ ਸਮਾਂ ਆ ਗਿਆ। ਹੁਣ ਜੇਬਾਂ ਦੇ ਵਿੱਚ ਫੋਨ ਆ ਅਤੇ ਮਿੰਟ 'ਚ ਪਤਾ ਲੱਗ ਜਾਂਦਾ ਦੁਨੀਆ ਦੇ ਵਿੱਚ ਕੀ ਚੱਲੀ ਜਾਂਦਾ, ਦੇਸ਼ ਦੇ ਵਿੱਚ ਕੀ ਚੱਲੀ ਜਾਂਦਾ, ਪਹਿਲਾਂ ਨਾਲੋਂ ਵੱਖਰੇ ਜਿਹੇ ਇਲੈਕਸ਼ਨ ਆ, ਤੁਸੀਂ ਕਿਆ ਦੇਖ ਰਹੇ ਹੋ? ਸਿਆਸਤ ਅਤੇ ਸਿਆਸਤਦਾਨਾਂ ਨੇ ਇੱਕ ਐਸੀ ਐਸ਼ੋ ਪ੍ਰਸਥਿਤੀ ਦੁਕਾਨਦਾਰੀ ਬਣਾ ਰੱਖੀ ਹੈ ਕਿ ਇਹਨੂੰ ਜਿਹਨੂੰ ਛੱਡਣ ਨੂੰ ਦਿਲ ਨਹੀਂ ਕਰਦਾ, ਔਰ ਲੋਕਾਂ 'ਤੇ ਬਿਲਕੁਲ ਭਾਰ ਬਣ ਚੁੱਕੀ ਹੈ ਸਿਆਸਤ। ਅੱਜ ਤੁਸੀਂ ਦੇਖੋ ਇਹ ਐਸੀ ਕੀਮਤੀ ਇਹਨਾਂ ਨੇ ਖਜ਼ਾਨਾ ਲੱਭਿਆ ਹੋਇਆ ਸਿਆਸਤਦਾਨਾਂ ਨੇ ਕਿ ਇਹਨੂੰ ਛੱਡਣ ਨੂੰ ਕਿਸੇ ਦਾ ਜੀ ਨਹੀਂ ਕਰਦਾ। ਅੱਜ ਕੋਈ ਵੀ ਇੱਕ ਆਪਣੀ ਪਾਰਟੀ ਤੋਂ ਦੁਖੀ ਨੇਤਾ ਉਹ ਦੂਸਰੀ ਪਾਰਟੀ ਸ਼ਾਮਿਲ ਹੋ ਰਿਹਾ, ਉਧਰ ਵਾਲਾ ਉੱਧਰ ਸ਼ਾਮਿਲ ਹੋ ਰਿਹਾ, ਔਰ ਕਿਤੇ ਨਾ ਕਿਤੇ ਇਹ ਪੂਰੇ ਦੇ ਪੂਰੇ ਲੋਕਾਂ ਦਾ ਖੂਨ ਪੀਣਾ ਚਾਹੁੰਦੇ ਨੇ, ਭਾਵੇਂ ਕਿਸੇ ਵੀ ਪਾਰਟੀ ਸ਼ਾਮਿਲ ਹੋ ਕੇ ਪੀਣਾ ਚਾਹੁੰਦੇ ਹੋਣ। ਸੋ ਜਨਤਾ 'ਤੇ ਵੱਡਾ ਬੜਾ ਵੱਡਾ ਭਾਰ ਪੈ ਰਿਹਾ। ਇਹ ਤਾਂ ਬਾਬਾ ਸਾਹਿਬ ਅੰਬੇਦਕਰ ਨੇ ਇੱਕ ਸੰਵਿਧਾਨ ਦੇ ਵਿੱਚ ਬੜਾ ਵੱਡਾ ਸਾਨੂੰ ਹੱਕ ਦਿੱਤਾ ਕਿ ਭਾਵੇਂ ਅਮੀਰ ਦੀ ਵੋਟ ਹੈ, ਭਾਵੇਂ ਗਰੀਬ ਦੀ ਵੋਟ ਹੈ, ਭਾਵੇਂ ਰੇਹੜੀ ਵਾਲੇ ਦੀ ਵੋਟ ਹੈ, ਭਾਵੇਂ ਜਹਾਜ਼ ਵਾਲੇ ਦੀ ਵੋਟ ਹੈ, ਵੋਟ ਵੋਟ ਹੈ। ਔਰ ਜਿਹੜੇ 5 ਸਾਲਾਂ ਦੇ ਇਹ ਲੋਕਾਂ ਨੂੰ ਕੁੱਟਦੇ ਮਾਰਦੇ ਲੁੱਟਦੇ ਨੇ, ਪਰ ਜਨਤਾ ਦੀ ਕਚਹਿਰੀ 'ਚ ਲਾਸਟ ਇਹਨਾਂ ਨੂੰ ਆਉਣਾ ਪੈਂਦਾ। ਜਿਹੜੇ ਲੀਡਰ ਨੇ ਆਪਣੇ ਮਾਂ ਪਿਓ ਨੂੰ ਕਦੀ ਰੋਟੀ ਨਹੀਂ ਪੁੱਛੀ, ਆ ਕੇ ਦੂਜਿਆਂ ਦੇ ਮਾਂ ਪਿਓ ਨੂੰ ਹੱਥ ਵੀ ਜੋੜਦੇ ਨੇ, ਉਹਨਾਂ ਦੇ ਪੈਰੀ ਹੱਥ ਵੀ ਲਾਉਂਦੇ ਨੇ, ਤਾਂ ਇੱਥੇ ਸਿਆਸਤਦਾਨਾਂ ਨੇ ਕਿਰਦਾਰ ਬਹੁਤ ਗਿਰ ਚੁੱਕੇ ਨੇ। ਦੇਖੋ ਅੱਜ ਕੋਈ ਵੀ ਵਿੰਗ ਹੈ, ਭਾਵੇਂ ਉਹ ਮੁਲਾਜ਼ਮ ਨੇ, ਭਾਵੇਂ ਉਹ ਕਿਸਾਨ ਨੇ, ਭਾਵੇਂ ਨੌਜਵਾਨ ਨੇ, ਭਾਵੇਂ ਸਿੱਖਿਆ, ਭਾਵੇਂ ਸਿਹਤ ਦਾ ਮੁੱਦਾ, ਹਰ ਮੁੱਦੇ 'ਤੇ ਦੇਸ਼ ਦਾ ਹਰ ਨਾਗਰਿਕ ਦੁਖੀ ਹੈ। ਇਹਨਾਂ ਨੇ ਇੱਕ ਐਸਾ ਸ਼ੜਯੰਤਰ ਰਚ ਰੱਖਿਆ ਕਿ ਕੋਈ ਵੀ ਕੰਮ ਸਿਆਸਤਦਾਨਾਂ ਤੋਂ ਬਿਨਾਂ ਨਹੀਂ ਹੁੰਦਾ। ਲੋਕਾਂ ਦੇ ਐਸੇ ਡਾਕੂਮੈਂਟ ਲਾ ਲਓ ਜਾਂ ਉਹਨਾਂ ਨੂੰ ਸਿਆਸੀ ਤੌਰ 'ਤੇ ਉਹਨਾਂ ਦੀਆਂ ਪ੍ਰੋਪਰਟੀਜ਼ ਲਾ ਲਓ, ਐਸਾ ਉਲਝਾਇਆ ਹੋਇਆ ਕਿ ਕੋਈ ਵੀ ਕੰਮ ਪੁਲਿਸ ਤੋਂ ਬਿਨਾਂ, ਕੋਈ ਵੀ ਕੰਮ ਆਗੂਆਂ ਤੋਂ ਬਿਨਾਂ ਨਹੀਂ ਹੁੰਦੇ। ਸੋ ਕਿਤੇ ਨਾ ਕਿਤੇ ਜਨਤਾ ਨੂੰ ਭੁਲੇਵੇਂ 'ਚ ਲੈ ਕੇ ਇਹ ਰਾਜਨੀਤੀ ਕੀਤੀ ਜਾ ਰਹੀ ਹੈ, ਨਹੀਂ ਤਾਂ ਮੈਨੂੰ ਨਹੀਂ ਲੱਗਦਾ ਵੀ ਕੋਈ ਵੀ ਆਮ ਵਰਗ ਇਹਨਾਂ ਦੀ ਮਕਾਨ ਵੀ ਜਾਵੇ, ਪਰ ਲੋਕਾਂ ਦੇ ਕੰਮ ਇਹਨਾਂ ਤੋਂ ਬੰਦੇ ਨਹੀਂ ਹੁੰਦੇ, ਪ੍ਰੈਸ਼ਰਾਈਜ਼ ਕਰ ਰੱਖਿਆ ਲੋਕਾਂ ਨੂੰ। ਆਪਣਾ ਕੀ ਨਾਮ ਹੈ ਜੀ? ਅਮਰੀਕ ਸਿੰਘ ਜੀ। ਇਲੈਕਸ਼ਨ ਆਏ ਆ 2024 ਦੇ, ਅਹਿਮ ਇਲੈਕਸ਼ਨ ਆ, ਪੂਰੇ ਪੰਜਾਬ ਦੇ ਵਿੱਚ ਵੱਧ ਮੱਲਾ ਰੋਲਾ ਪਿਆ ਹੋਇਆ ਜੇ ਬਾਕੀ ਸੂਬਿਆਂ ਦੀ ਗੱਲ ਕੀਤੀ ਜਾਵੇ, ਕਿਉਂਕਿ ਬਹੁਤ ਸਾਰੇ ਲੀਡਰ ਕੋਈ ਇੱਧਰ ਜਾ ਰਿਹਾ ਕੋਈ ਉੱਧਰ ਜਾ ਰਿਹਾ। ਤੁਸੀਂ ਕਿਵੇਂ ਵੇਖ ਰਹੇ ਹੋ ਇਸ ਚੋਣ ਨੂੰ? ਬਸ ਜੀ, ਜੋ ਸਾਰਿਆਂ ਨੇ ਕਿਹਾ ਉਹੀ ਵਿਊਜ਼ ਹੈ, ਮਤਲਬ ਬੇਰੁਜ਼ਗਾਰੀ, ਬਾਹਰ ਜਾਣਾ, ਜੇ ਬੱਚੇ ਦੁਖੀ ਹੋ ਕੇ ਤੰਗ ਹੋ ਕੇ ਬਾਹਰ ਜਾ ਰਹੇ ਹਾਂ, ਜੇ ਉਰੇ ਰੁਜ਼ਗਾਰ ਦੇ ਸੋਰਸਿਸ ਇਹਨਾਂ ਕੋਲ ਹੋਣਗੇ
ਜਿਹੜੀ ਫਰੀ ਦੀ ਰਿਓੜੀਆਂ ਦੇ ਰਹੇ ਹਾਂ ਉਹ ਬੰਦ ਹੋਣੀ ਚਾਹੀਦੀਆਂ, ਕਨਸੈਸ਼ਨ ਕਰ ਦੇਣ, ਜਿਵੇਂ ਬਿਜਲੀ ਫਰੀ ਹੈ ਰੇਟ ਘਟਾ ਦੇਣ, ਬੱਸਾਂ ਦਾ ਕਿਰਾਇਆ ਹੈ ਬਜ਼ੁਰਗਾਂ ਵਾਸਤੇ ਅੱਧਾ ਕਰ ਦੇਣ, ਠੀਕ ਹੈ, ਈਵਨ ਜਿਹੜੀ ਐਮਪਲੋਇਡ ਲੇਡੀਜ਼ ਹੈ ਦੇ ਆਰ ਡਰਾਇੰਗ 2-2 lakh ਰੁਪੀਜ਼, ਦੇ ਆਰ ਆਲਸੋ ਗੋਇੰਗ ਫਰੀ, ਦੈਟ ਸ਼ੁੱਡ ਬੀ ਸਟੋਪਡ, ਉਹ ਬੰਦ ਹੋਣਾ ਚਾਹੀਦਾ, ਠੀਕ ਹੈ। ਜਿਹੜੇ ਨੀੜੀ ਹੈ ਵਾਕਈ ਕਮਜ਼ੋਰ ਵਰਗ ਤੋਂ ਲੇਡੀਜ਼ ਹੈ ਉਹਨਾਂ ਦਾ ਕਾਰਡ ਬਣਾ ਦੇਣ, ਉਹ ਉਹਨਾਂ ਵਾਸਤੇ ਫਰੀ, ਠੀਕ ਹੈ। ਬਸ ਆਪਣਾ ਕੀ ਨਾਮ ਹੈ? ਅਮਰਜੀਤ ਸਿੰਘ। ਇਲੈਕਸ਼ਨ 2024 ਦੇ ਆਏ ਆ, ਪਟਿਆਲੇ ਦੇ ਬਹੁਤ ਸਾਰੇ ਮੁੱਦੇ ਨੇ, ਪੰਜਾਬ ਦੇ ਵੀ ਬਹੁਤ ਸਾਰੇ ਮੁੱਦੇ ਨੇ, ਤੁਸੀਂ ਕਿਵੇਂ ਵੇਖ ਰਹੇ ਹੋ ਇਸ ਚੋਣ ਨੂੰ? ਕਿਉਂਕਿ 10 ਸਾਲ ਸਮਾਂ ਸਰਕਾਰ ਨੂੰ ਦਿੱਤਾ, ਆਜ਼ਾਦੀ ਤੱਕ ਦਾ ਜੇ ਹੁਣ ਦੇਖਿਆ ਜਾਵੇ, ਕੋਈ ਲੋਕ ਕਹਿੰਦੇ ਕੋਈ ਡਿਵੈਲਪਮੈਂਟ ਬਹੁਤੀ ਕੋਈ ਹੋਈ ਨਹੀਂ, ਤੁਸੀਂ ਕਿਵੇਂ ਵੇਖ ਰਹੇ ਹੋ ਸਰਕਾਰ ਦੀ ਕਾਰਗੁਜ਼ਾਰੀ? ਸਰਕਾਰ ਦੀ ਕਾਰਗੁਜ਼ਾਰੀ ਤਾਂ ਸਾਰਿਆਂ ਸਾਹਮਣੇ, ਸਭ ਨੇ ਬਿਆਨ ਕਰ ਹੀ ਦਿੱਤੀ ਆ, ਲੇਕਿਨ ਜੋ ਇਹ ਰੋੜੀਆਂ ਨਾ ਮੁਫਤ ਵਾਲੀਆਂ, ਇਹ ਨਹੀਂ ਹੋਣੀਆਂ ਚਾਹੀਦੀਆਂ ਮੇਰੇ ਹਿਸਾਬ ਨਾਲ, ਕਿਉਂਕਿ ਜਿਹਨੂੰ ਕਹਿੰਦੇ ਅੱਜ ਬੇਰੁਜ਼ਗਾਰੀ ਇੰਨੀ ਲਿਆਤੀ ਇਸ ਗੱਲ ਨੇ ਕਿ ਸਾਡੇ ਉਹ, ਇੱਕ ਮੈਂ ਇੱਦਾਂ ਯੂਟਿਊਬ 'ਤੇ ਪੜ੍ਹ ਰਿਹਾ ਸੀ ਕਿ ਕਹਿੰਦਾ ਬਈਆ ਗੋਲ ਗੱਪੇ ਵੇਚ ਕੇ ਮਕਾਨ ਬਣਾ ਰਿਹਾ ਪੰਜਾਬ 'ਚ, ਸਾਡੇ ਵਿੱਚ ਸਾਡੀਆਂ ਮਾਵਾਂ ਇੱਥੇ ਜਾ ਕੇ ਲਾਈਨ ਦੇ ਵਿੱਚ ਲੱਗੀਆਂ ਹੁੰਦੀਆਂ, ਠੀਕ ਆ, ਫਰੀ ਰਾਸ਼ਨ ਲੈਣ ਨੂੰ, ਮੁੰਡੇ ਜੈਲ ਲਾ ਕੇ ਇੱਥੇ ਗੇੜੀਆਂ ਮਾਰਦੇ ਫਿਰਦੇ ਹਾਂ, ਕੋਈ ਨਹੀਂ ਉਹ ਕਰਦਾ, ਇੱਥੇ ਬੇਰੁਜ਼ਗਾਰੀ ਇੰਨੀ ਕਰਤੀ ਇਸ ਜਿਹੜੀਆਂ ਮੁਫਤ ਦੀਆਂ ਰੋਡੀਆਂ ਨੇ, ਸੋ ਇਹ ਸਾਰੀ ਚੀਜ਼ਾਂ ਜਿਹੜੀ ਬੰਦ ਹੋਣੀ ਚਾਹੀਦੀ ਆ, ਇਹ ਗਲਤ ਹੈ। ਜਨਤਾ ਦੀ ਕਚਹਿਰੀ ਦੇ ਵਿੱਚ ਮੌਜੂਦ ਆ, ਸਵਾਲ ਇੱਕ ਖੜਾ ਕਰ ਰਹੇ ਨੇ ਕਿ ਕਹਿੰਦੇ ਕਿ ਫਰੀ ਦੀ ਰੇਵੜੀਆਂ ਨਹੀਂ ਹੋਣੀ ਚਾਹੀਦੀਆਂ, ਆਪਾਂ ਜਵਾਬ ਸਾਰਿਆਂ ਤੋਂ ਹੀ ਲੈ ਲੈਂਦੇ ਹਾਂ, ਪੁੱਛ ਲੈਣ ਵੀ ਕਿਹੜਾ ਮੁੱਖ ਤੌਰ 'ਤੇ ਬੋਲਣਾ ਚਾਹੂਗਾ, ਕੋਈ ਜਵਾਬ ਦੇਣਾ ਚਾਹੁੰਦਾ ਪਹਿਲ ਦੇ ਆਧਾਰ 'ਤੇ ਇਸ ਮੁੱਦੇ 'ਤੇ, ਜੇ ਆਪਾਂ ਉਹਦੇ ਕੋਲ ਪਹਿਲਾਂ ਜਾ ਵੜੀਏ, ਫਰੀ ਦੀ ਰੇਵੜੀਆਂ 'ਤੇ ਕਿਹੜਾ ਬੋਲਣਾ ਚਾਹ ਰਹੇ ਤੁਸੀਂ? ਇਹ ਬਹੁਤ ਸਹੀ ਹੈ, ਕਿਉਂਕਿ ਗੌਰਮੈਂਟਾਂ ਜੋ ਵੀ ਗੌਰਮੈਂਟ ਆਏ ਉਹ ਆਪਣੇ ਫਾਇਦੇ ਵਾਸਤੇ, ਆਪਣੇ ਨੰਬਰ ਬਣਾਉਣ ਵਾਸਤੇ ਟੈਕਸ ਲਾ ਲਾ ਕੇ ਉਹ ਫਰੀ ਦੇ ਰਾਸ਼ਨ ਦੇ ਵਿੱਚ, ਫਰੀ ਦੇ ਪੈਸਿਆਂ ਦੇ ਵਿੱਚ, ਫਰੀ ਦੀਆਂ ਸਹੂਲਤਾਂ ਵਿੱਚ, ਬੱਸਾਂ ਦੇ ਵਿੱਚ ਬੀਬੀਆਂ ਨੂੰ ਫਰੀ ਦੀ ਸਹੂਲਤ ਦੇ ਦਿੱਤੀ ਹੈ, ਬੱਸ ਵਾਲਾ ਡਰਾਈਵਰ ਨੂੰ ਕਹਿੰਦਾ ਬੱਸ ਨੂੰ ਭਜਾ ਕੇ ਲੈ ਜਾ, ਇੰਨੀ ਖਜਲ ਖੁਆਰੀ ਪੰਜਾਬ 'ਚੋਂ ਕਰੇ ਨਾ, ਇੰਨੀ ਔਰਤਾਂ ਦੀ ਬੇਇੱਜ਼ਤੀ ਕਰੇ ਨਾ, ਇਸ ਤੋਂ ਬਿਹਤਰ ਦੇਣ ਦਾ ਕੀ ਫਾਇਦਾ, ਇਹਨਾਂ ਨੂੰ ਫਰੀ ਦੇਣ ਦਾ ਕੀ ਫਾਇਦਾ, ਹੁਣ ਇੱਕ ਬੱਸ 'ਤੇ ਹੁਣ ਘਰਾਂ 'ਚ ਰੋਟੀ ਪੱਕਣੀ ਮੁਸ਼ਕਲ ਹੋਈ ਹੈ, ਬੀਬੀਆਂ ਚੱਕਦੇ ਚੁੰਨੀ ਬੱਸ ਦੇ ਘਰ ਅੱਡੇ ਖੜ੍ਹ ਜਾਂਦੀਆਂ ਜਾ ਕੇ, ਸਰ ਇਹਨਾਂ ਦਾ ਕੀ ਹਾਲ? ਇਸ ਕਰਕੇ ਇਹੋ ਜਿਹੀਆਂ ਗੱਲਾਂ ਨੂੰ, 80,000 ਰੁਪਈਆ ਤਨਖਾਹ ਲੈਂਦੀ ਆ ਉਹਨੂੰ ਬਸ ਤਾਂ ਫਰੀ ਕੀਤਾ ਹੋਇਆ, ਠੀਕ ਆ ਜੀ, ਇੱਕ ਬਜ਼ੁਰਗ ਬੰਦਾ ਜਿਹੜਾ ਉਹ ਕਿਰਾਇਆ ਪੂਰਾ ਦੇ ਕੇ ਜਾ ਰਿਹਾ, ਇਹ ਕਿਉਂ ਹੁਣ ਚੱਲਦਾ? ਇਹ ਸਰ ਭਾਜੀ ਕਹਿ ਰਹੇ ਕੁਛ, ਮੈਂ ਸਰ ਸੀਨੀਅਰ ਸਿਟੀਜ਼ਨ ਹਾਂ ਜੀ, ਮੈਂ ਨਾਭੇ ਜਾਂਦੇ ਰਹਿਣਾ ਹੈਗਾ, ਮੈਨੂੰ ਇੰਨਾ ਗੁੱਸਾ ਆਉਂਦਾ ਹੈਗਾ ਇਹਨਾਂ ਮਤਲਬ ਸਰਕਾਰਾਂ ਦੇ ਉੱਪਰ, ਲੇਡੀਜ਼ ਜਿਹੜੀ ਤਨਖਾਹ ਵੀ ਲੈ ਰਹੀ ਹੈ ਨਾ ਉਹ ਬੈਠੀ ਹੁੰਦੀਆਂ ਜੀ, ਮੈਂ ਟਿਕਟ ਲੈ ਕੇ ਖੜ੍ਹ ਕੇ ਜਾਂਦਾ ਹੈਗਾ, ਇਹ ਮੈਨੂੰ ਸਮਝ ਨਹੀਂ ਆਉਂਦੀ ਵੀ ਕਿਸ ਹਿਸਾਬ ਨਾਲ ਇਹ ਫਰੀ ਦੇ ਵਿੱਚ ਇਹਨਾਂ ਨੂੰ ਮਤਲਬ ਟਿਕਟ ਫਰੀ ਕਰ ਰੱਖੀ ਹੈ, ਇਹ ਚੀਜ਼ ਬੰਦ ਹੋਣੀ ਚਾਹੀਦੀ ਹੈ। ਹੁਣ ਜੇ ਗੱਲ ਕਰ ਲਈ ਜਾਵੇ ਆਪਾਂ ਸਰਕਾਰ ਦੀ ਗੱਲ ਕਰ ਲਈਏ, ਸਾਰੇ ਬੋਲ ਰਹੇ ਆ ਇਹਦੇ 'ਤੇ, ਪਟਿਆਲਾ ਦੀ ਪੋਲੀਟਿਕਸ ਬਾਰੇ ਕੀ ਕਹਿਣਾ ਚਾਹੁੰਗੇ? ਪਟਿਆਲਾ ਦੇ ਵਿੱਚ ਬੜੀ ਹਲਚਲ ਤੇਜ਼ ਹੈ। ਪਟਿਆਲਾ ਦੀ ਇਹ ਆ ਜੀ, ਦੇਖੋ ਵਿਕਾਸ ਨਾਂ ਦੀ ਤਾਂ ਬਿਲਕੁਲ ਚੀਜ਼ ਹੀ ਨਹੀਂ ਦਿਖ ਹੀ ਰਿਹਾ, ਹੁਣ ਕੋਈ ਕੋਈ ਕੁਛ ਕਹੀ ਜਾਵੇ, ਆਪਾਂ ਪਾਰਟੀ ਤੋਂ ਉੱਠ ਕੇ ਗੱਲ ਕਰ ਰਹੇ ਹਾਂ ਕਿ ਜੋ ਅੱਗੇ ਹੋਇਆ ਸੀ ਹੁਣ ਬੁਰਾ ਹਾਲ ਆ, ਠੀਕ ਹੈ ਜੀ। ਇੱਕ ਜਿਹੜੀਆਂ ਮੁੱਖ ਦੀਆਂ ਰਿਓੜੀਆਂ ਦੀ ਗੱਲਬਾਤ ਚੱਲੀ ਆ, ਇਹ ਮੁੱਖ ਦੀਆਂ ਰਿਓੜੀਆਂ ਜਿਹੜੀ ਸਰਕਾਰ ਆਉਂਦੀ ਆ ਉਹਦੇ ਫਾਇਦੇ ਲਈ, ਉਹ ਮੁੱਖ ਦੀਆਂ ਰਿਓੜੀਆਂ ਵਾਲੀ ਗੱਲ ਦੇਖੋ, ਬੱਸਾਂ ਦੇ ਵਿੱਚ ਤੇਲ ਕਿੱਥੋਂ ਪਵੇਗਾ, ਮੁਲਾਜ਼ਮਾਂ ਦੀ ਤਨਖਾਹ ਕਿੱਥੋਂ ਦੇਵਾਂ ਜੇ ਆਪਾਂ ਫਰੀ ਸਵਾਰੀ, ਕਿਉਂਕਿ ਫਰੀ ਵਾਲੇ ਬਹਿ ਜਾਂਦੇ ਆ, ਟਿਕਟ ਵਾਲੇ ਬਜ਼ੁਰਗਾਂ ਨੇ ਕਿਹਾ ਵੀ ਖੜ ਕੇ ਜਾਂਦੇ ਆ, ਸਮਝੇ ਗੱਲ, ਅਤੇ ਜਿਹੜੀ ਸਰਕਾਰ ਆਉਂਦੀ ਆ ਵੀ ਬਾਹਰੋਂ ਆ ਕੇ ਗੋਰੇ ਨੌਕਰੀ ਕਰਨਗੇ, ਮੈਨੂੰ ਤਾਂ ਗੋਰਾ ਕੋਈ ਦਿਖਿਆ ਨਹੀਂ ਇੱਥੇ ਕੋਈ ਜੋਬ ਕਰਦਾ ਵੀ ਗੋਰਾ ਆ ਕੇ ਨੌਕਰੀ ਕਰ ਰਿਹਾ ਹੋਵੇ, ਠੀਕ ਹੈ ਜੀ, ਉਹ ਆਪਣੇ ਵਾਲੇ ਨੂੰ ਵੀ ਜੋਬਾਂ ਮਿਲ ਜਾਣ ਉਹ ਵੀ ਬਹੁਤ ਆ, ਬੱਚੇ ਬਾਹਰ ਕਿਉਂ ਜਾ ਰਹੇ ਆ ਜੀ, ਜੇ ਇੱਥੇ ਜੋਬ ਹੁਣ ਚੰਗੇ ਪੜ੍ਹੇ ਲਿਖੇ ਬੱਚੇ ਬਾਹਰ ਨੂੰ ਜਾ ਰਹੇ ਆ ਸਾਰੇ ਤੁਰੇ, ਇੱਥੇ ਭਈਏ ਆ ਰਹੇ ਆ, ਆਪਣੇ ਪੰਜਾਬੀ ਬਾਹਰ ਜਾ ਰਹੇ ਆ ਬੱਚੇ। ਆਪਣਾ ਕੀ ਨਾਮ ਹੈ? ਬਲਦੇਵ ਸਿੰਘ ਸਿੱਧੂ ਜੀ।
ਚੋਣਾਂ ਆ ਰਹੀਆਂ 2024 ਦੀ ਪਿਛਲੀ ਸਰਕਾਰ ਦੀ ਕਾਰਗੁਜ਼ਾਰੀ ਨਹੀਂ, ਕੋਈ ਸਰਕਾਰ ਦੀ ਕਿਸੇ ਦੀ ਕੋਈ ਕਾਰਗੁਜ਼ਾਰੀ ਨਹੀਂ ਹੈ ਜੀ। ਕੋਈ ਸਰਕਾਰ ਕੰਮ ਨਹੀਂ ਕਰਦੀ, ਸਾਨੂੰ ਪਤਾ ਹੀ ਨਹੀਂ ਸਾਡਾ ਐਮ ਪੀ ਕੌਣ ਹੈ, ਕਦੇ ਦੇਖਿਆ ਨਹੀਂ। ਨਾਮ ਤੋਂ ਜਾਣਦੇ ਹਾਂ ਵੀ ਆਹ ਐਮ ਪੀ ਹੈਗਾ, ਆਹ ਸਰਕਾਰ ਹੈਗੀ, ਲੇਕਿਨ ਐਮ ਪੀ ਜਿਹੜੇ ਹੈਗੇ, ਐਮ ਪੀ ਐਮ ਐਲ ਏ ਜਾਂ ਜੋ ਵੀ ਮਿਨਿਸਟਰ ਬਣ ਜਾਂਦੇ, ਉਹ ਪਬਲਿਕ ਦੇ ਵਿੱਚ ਤਾਂ ਆਉਂਦੇ ਨਹੀਂ, ਪਬਲਿਕ ਨੂੰ ਤਾਂ ਪਤਾ ਨਹੀਂ ਗਾ। ਅੱਜ ਪਬਲਿਕ ਦੇਖੋ ਤੁਸੀਂ, ਪਟਿਆਲਾ ਸਾਰਾ ਪੱਟਿਆ ਪਿਆ, ਗਲੀ 'ਚ ਆਪਣੀ 'ਚ ਸੈਰ ਕਰਨ ਵੀ ਨਿਕਲ ਜੀ, ਇਹਨਾਂ ਤਾਂ ਠੇਡੇ ਖਾ ਕੇ ਡਿੱਗੀ ਦਾ ਕਿਤੇ ਨਾ ਕਿਤੇ। ਕੀ ਸਾਡੀ ਡਿਵੈਲਪਮੈਂਟ ਹੈਗੀ, ਸਾਡੇ ਬੱਚੇ ਬਾਹਰ ਜਾ ਰਹੇ ਹੈ, ਬੱਚਿਆਂ ਨੂੰ ਕੋਈ ਇੱਥੇ ਐਜੂਕੇਸ਼ਨ ਨਹੀਂ, ਕੋਈ ਸੈਂਟਰ ਨਹੀਂ, ਕੋਈ ਉਹਨਾਂ ਨੂੰ ਸਰਵਿਸ ਵਾਸਤੇ ਅੱਗੇ ਨਹੀਂ ਹੈਗਾ ਕੁਛ, ਤਾਂ ਬੱਚੇ ਬਾਹਰ ਜਾਂਦੇ ਹੈ, ਪੇਰੈਂਟਸ ਇੱਥੇ ਸਾਰੇ ਦੁਖੀ ਹੈ, ਕਿਸਾਨ ਸਭ ਤੋਂ ਦੁਖੀ ਹੈ। ਕਿਸਾਨ ਕਿਉਂ ਮਰ ਰਿਹਾ ਹੈਗਾ, ਜੇ ਉਹਨੂੰ ਕੋਈ ਫੈਸਿਲਿਟੀ ਮਿਲ ਰਹੀ ਹੋਵੇ ਤਾਂ ਉਹ ਕਿਸਾਨ ਕਿਉਂ ਮਰੇ? ਹੁਣ ਕੁਛ ਨਹੀਂ ਮਿਲ ਰਿਹਾ ਹੈਗਾ। ਅੱਜ ਇਹ ਕਹਿੰਦੇ ਕਿ ਐਮ ਐਸ ਪੀ 'ਤੇ ਅਸੀਂ ਖਰੀਦ ਕਰ ਰਹੇ ਹਾਂ, ਕਦੇ ਤੁਸੀਂ ਮੰਡੀ 'ਚ ਜਾ ਕੇ ਦੇਖੋ, ਮੈਂ ਜਾ ਕੇ ਦੇਖਿਆ, ਮੈਂ ਕਿਸਾਨ ਹਾਂ। ਉਹ ਇੱਕ ਬੰਦਾ ਆਉਂਦਾ ਮੋਟਰਸਾਈਕਲ ਦੇ ਉੱਤੇ, ਉਹ ਸਾਰੀਆਂ ਦੁਕਾਨਾਂ 'ਤੇ ਫਿਰ ਜਾਂਦਾ ਜੀ, ਆਹ ਜੀਨਸ ਮੈਂ ਖਰੀਦਦਾ ਇਸ ਰੇਟ 'ਤੇ ਖਰੀਦਦਾ, ਬੋਲੋ ਦੇਣੀ ਹੈ? ਜੇ ਤਾਂ ਦੇਣੀ ਹੈ ਤਾਂ ਠੀਕ ਹੈ ਦੇ ਦਿਓ, ਨਹੀਂ ਦੇਣੀ ਤਾਂ ਠੀਕ ਹੈ ਜੀ, ਅਸੀਂ ਨਹੀਂ ਖਰੀਦੇਗੇ। ਕਿਸੇ ਹੋਰਾਂ ਤੋਂ ਜਵਾਬ ਲੈ ਲੈਂਦੇ ਹਾਂ। ਕਹਿੰਦੇ ਕਿ ਜੇ ਪਟਿਆਲੇ ਦੀ ਗੱਲ ਕੀਤੀ ਜਾਵੇ, ਪਟਿਆਲੇ ਤੋਂ ਜੇ ਗੱਲ ਕਰ ਲਈ ਜਾਵੇ, ਕਹਿੰਦੇ ਐਮ ਪੀ ਦਾ ਹੀ ਨਹੀਂ ਪਤਾ ਲੱਗਿਆ, ਐਮ ਪੀ ਆਏ ਨਹੀਂ ਲੋਕਾਂ ਦੇ ਵਿੱਚ, ਲੋਕਾਂ ਦੇ ਕੰਮ। ਮੈਂ ਇੱਕ ਮਿੰਟ ਗੱਲ ਦੱਸਦਾ ਤੁਹਾਨੂੰ, ਕਿਰਦਾਰ ਦੀ ਗੱਲ ਦੱਸਣਾ ਪਹਿਲਾਂ ਮੈਂ ਤੁਹਾਨੂੰ। ਇਹ ਨੇ ਜਿਹੜੇ ਪੈਸੇ ਦਾ ਜੋਰ ਹੈ, ਸੱਤਾ ਦੀ ਹੋੜ ਹੈ, ਕੋਈ ਪੈਸੇ ਲੈ ਕੇ ਬੈਠ ਜਾਂਦਾ ਹੈ, ਕੋਈ ਪੈਸੇ ਲੈ ਕੇ ਭੱਜ ਜਾਂਦਾ ਹੈ, ਔਰ ਕੋਈ ਪੈਸੇ ਲੈ ਕੇ ਪਾਰਟੀ ਬਦਲ ਜਾਂਦਾ ਹੈ। ਇਹਨਾਂ ਦੀ ਆਈਡੀਓਲੋਜੀ ਹੈ ਹੀ ਨਹੀਂ। ਜਿਹੜਾ ਬੰਦਾ ਇੱਕ ਪਾਰਟੀ 'ਚ, ਕਦੇ ਦੂਜੀ ਪਾਰਟੀ 'ਚ, ਕਦੇ ਤੀਜੀ ਪਾਰਟੀ 'ਚ ਫਿਟੇ, ਉਸ ਬੰਦੇ ਦਾ ਜਿਹੜਾ ਇੱਦਾਂ ਦਾ ਗੱਲ ਕਰਦਾ ਹੈ, ਕਿਰਦਾਰ ਹੋਣਾ ਚਾਹੀਦਾ ਬੰਦੇ ਦਾ, ਇੱਕ ਵੀ ਉਸ ਦੀ ਆਈਡੀਓਲੋਜੀ ਹੋਣੀ ਚਾਹੀਦੀ ਹੈ ਸਹੀ, ਬਿਲਕੁਲ। ਦੂਸਰੀ ਗੱਲ, ਅਗਰ ਜੁਡੀਸ਼ਰੀ ਦਾ ਕਿਸੇ ਵੀ ਵਾਸਤੇ ਰਾਤ ਨੂੰ ਕਚਹਿਰੀ ਲੱਗ ਜਾਂਦੀ ਹੈ, ਆਮ ਪਬਲਿਕ ਹੈ ਜਿਹੜੀ, ਉਹਦੀ ਸਾਰੀ ਜ਼ਿੰਦਗੀ ਇੱਕ ਕੇਸ 'ਤੇ ਲੱਗ ਜਾਂਦੀ ਹੈ, ਆਖਰ ਵਿੱਚ ਉਹ ਬੰਦਾ ਜਦੋਂ ਮਰਨ ਕਿਨਾਰੇ ਹੁੰਦਾ ਹੈ ਤਾਂ ਉਹ ਕਹਿੰਦਾ ਹੈ ਇਸ ਜ਼ਿੰਦਗੀ ਦਾ ਕੀ ਮਜ਼ਾ ਹੈ, ਰੱਬ ਦੀ ਰਜ਼ਾ ਹੈ, ਰੱਬ ਦੀ ਰਜ਼ਾ। ਤਾਂ ਇੱਕ ਸ਼ਰਾਨਾ ਅੰਦਾਜ਼ ਦੇ ਵਿੱਚ ਇੱਕ ਸ਼ਾਇਰੀ ਬੋਲੀ ਆ, ਸਰਕਾਰ ਦੇ ਪ੍ਰਤੀ ਗੱਲਬਾਤ ਹੋਰਾਂ ਨਾਲ ਕਰ ਲੈਂਦੇ ਹਾਂ। ਸਵਾਲ ਭਾਅ ਜੀ ਵੱਡਾ ਖੜਾ ਕੀਤਾ, ਕਹਿੰਦੇ ਕਿ ਦਲ ਬਦਲੂ ਹੈ ਜਿਹੜੇ ਬੜੇ ਵੱਧ ਗਏ ਆ, ਤੁਸੀਂ ਕਿਉਂ ਵੇਖ ਰਹੇ ਹੋ ਓਵਰਆਲ ਇਸ ਪੋਲੀਟਿਕਸ ਨੂੰ, ਕਿਉਂਕਿ ਅਗਲੀ ਪੀੜ੍ਹੀ ਆਉਂਦੀ ਹੈ, ਕੀ ਸਹਿਤ ਲੈ ਰਹੀ ਹੈ ਇਹਦੇ ਤੋਂ, ਇਹਦੇ ਬਾਰੇ ਕੀ ਕਹੋ? ਦੇਖੋ, ਸਭ ਤੋਂ ਪਹਿਲੀ ਗੱਲ ਇਹ ਆ ਵੀ 70 ਸਾਲ 'ਚ ਸਾਡੇ ਲੋਕ ਇਹ ਸਮਝ ਨਹੀਂ ਸਕੇ ਵੀ ਆਪਾਂ ਕਰਨਾ ਕੀ ਚਾਹੁੰਦੇ ਹਾਂ। ਲੋਕ ਉਹੀ ਗਲੀਆਂ ਨਾਲੀਆਂ ਪਿੱਛੇ ਲੱਗੇ ਨੇ, ਨਾ ਕੋਈ ਰੁਜ਼ਗਾਰ ਦੀ ਗੱਲ ਕਰਦੇ ਨੇ ਵੀ ਸਰਕਾਰ ਜੇ ਤੁਹਾਡੀ, ਤੁਸੀਂ ਆਪ ਵੋਟ ਪਾ ਕੇ ਬਣਾਈ ਆ ਅਤੇ ਸਰਕਾਰ ਦੇ ਨਾਲ ਖੜੋ, ਵੀ ਸਰਦਾਰ ਨੂੰ ਕਹੋ ਵੀ ਹਾਂ ਸਾਡੇ ਬੱਚੇ ਜਿਹੜੇ ਬਾਹਰ ਨੂੰ ਜਾ ਰਹੇ ਨੇ ਇੱਥੇ ਉਹਨਾਂ ਰੁਜ਼ਗਾਰ ਮਿਲੇ। ਨੋ ਡਾਊਟ ਭਗਵੰਤ ਸਿੰਘ ਮਾਨ ਯੰਗ ਚੀਫ ਮਿਨਿਸਟਰ ਪੰਜਾਬ ਦਾ, 40 ਤੋਂ 45 ਹਜ਼ਾਰ ਜਿਹੜਾ ਨੌਜਵਾਨ ਬੱਚਾ ਪੁਲਿਸ 'ਚ ਭਰਤੀ ਕਰ ਚੁੱਕਿਆ, ਸਿਹਤ ਸੇਵਾਵਾਂ ਦੇਖ ਲਓ, ਥਾਂ ਥਾਂ 'ਤੇ ਆ ਤੁਹਾਡੇ ਮੁਹੱਲਾ ਕਲੀਨਿਕ ਖੁੱਲ੍ਹ ਗਏ ਨੇ, ਦਵਾਈਆਂ ਉੱਥੇ ਫ੍ਰੀ ਮਿਲ ਰਹੀਆਂ ਨੇ। ਦੇਖੋ, ਕੋਈ ਵੀ ਸਰਕਾਰ ਆ ਉਹਨੂੰ ਥੋੜ੍ਹਾ ਟਾਈਮ ਮਿਲਣਾ ਚਾਹੀਦਾ, ਟਾਈਮ ਲੱਗਦਾ ਉਹਨੂੰ ਸਟੇਬਲ ਹੋਣ ਲਈ। ਯੰਗ ਬੱਚੇ ਐਮ ਐਲ ਏ ਬਣ ਗਏ ਜਿਨ੍ਹਾਂ ਦਾ ਕੋਈ ਪੋਲੀਟੀਕਲੀ ਪਿਛੋਕੜ ਨਹੀਂ, ਬਿਲਕੁਲ ਹੀ ਜਿਹੜੇ ਗਰਾਸ ਰੂਟ 'ਤੇ ਸੀ ਉਹ ਅੱਜ ਐਮ ਐਲ ਏ ਬਣ ਗਏ, ਉਹਨਾਂ 'ਚ ਵੀ ਮੰਤਰੀ ਬਣਾਏ ਗਏ। ਦੇਖੋ,
ਇੱਕ ਸੋਚ ਆ ਵੀ ਨੌਜਵਾਨਾਂ ਲਈ ਇਹ ਜਿਹੜੀ ਪਾਰਟੀ ਹੈ ਬਹੁਤ ਵਧੀਆ ਸਰਕਾਰ ਹੈ। ਹੁਣ ਮੈਂ ਇੱਥੇ ਖੇਤ ਹੁੰਦੇ ਸੀ ਸਨ 95 'ਚ, ਹੁਣ ਅੱਜ ਦੇਖੋ ਤੁਸੀਂ ਆ ਦੁਨੀਆ, ਆਹ ਕੁਝ ਸੋਚ ਨਹੀਂ ਸਕਦੇ ਸੀ ਵੀ ਅਸੀਂ ਪਾਰਕ ਇੰਨੇ ਸੋਹਣੇ ਸੋਹਣੇ ਇੱਥੇ ਪਾਰਕ ਬਣੇ ਨੇ, ਸਾਰਾ ਧੁਰ ਤੱਕ ਦੇਖੋ ਤੁਸੀਂ ਉਹ ਪਰਾਂ ਤੱਕ ਪਾਰਕ ਬਣੇ ਹੋਏ ਅਤੇ ਇਹ ਸਰਕਾਰ ਨਹੀਂ ਬਣਾਏ ਨੇ। ਇੱਕ ਨੌਜਵਾਨ ਸੀਗਾ, ਇਕੱਲਾ ਹੀ ਇੱਕ ਨੌਜਵਾਨ ਦਿਖਿਆ, ਉਹਨੇ ਦੋ ਮੁੱਦੇ ਚੱਕੇ ਮੁੱਖ ਤੌਰ 'ਤੇ, ਇੱਕ ਬੇਰੁਜ਼ਗਾਰੀ, ਦੂਜਾ ਕਹਿੰਦਾ ਫ੍ਰੀ ਦੀ ਰੇਵੜੀਆਂ ਛੱਡ ਕੇ ਅਤੇ ਗੱਲ ਕੀਤੀ ਜਾਵੇ ਕੰਮ ਦੀ, ਜੇ ਕੰਮ ਮਿਲੂਗਾ ਤਾਂ ਰੁਕਣਗੇ ਇੱਥੇ, ਕਹਿੰਦੇ ਕੰਮ ਨਹੀਂ ਹੈਗਾ ਤਾਂ ਹੀ ਕਹਿੰਦੇ ਆ ਮੈਂ ਇਕੱਲਾ ਹੀ ਖੜਾ, ਕਹਿੰਦੇ ਹੋਰ ਕੋਈ। ਅੱਜ ਤੁਸੀਂ ਸੋਸ਼ਲ ਮੀਡੀਆ ਦਾ ਜ਼ਮਾਨਾ, ਤੁਸੀਂ ਸੋਸ਼ਲ ਮੀਡੀਆ 'ਤੇ ਦੇਖ ਲਓ ਕਿੰਨੇ ਅੰਮ੍ਰਿਤਧਾਰੀ ਗੁਰਸਿੱਖ ਬੱਚੇ ਆਪਣਾ ਕੰਮ ਕਰ ਰਹੇ ਨੇ। ਉਹ ਤਾਂ ਕਰ ਰਹੇ ਨੇ ਵੀ ਉਹਨਾਂ ਕੋਲ ਜੇ ਉਹਨਾਂ ਦੇ ਘਰ 'ਚ ਇੰਨੀ ਆਮਦਨੀ ਨਹੀਂ ਆ, ਉਹਨਾਂ ਨੂੰ ਆਪਣਾ ਆਪਣੇ ਹੱਥੀਂ ਆਪਣਾ ਰੁਜ਼ਗਾਰ ਆਪ ਕਮਾ ਕੇ ਉਹ ਖਾ ਰਹੇ ਨੇ। ਅਤੇ ਜੇ ਆਪਾਂ ਬੱਚੇ ਬਾਹਰ ਭੇਜਦੇ ਹਾਂ, ਬੱਚੇ ਕੌਣ ਬਾਹਰ ਭੇਜਦੇ? ਆਪਾਂ ਹੀ ਬਾਹਰ ਭੇਜਦੇ ਹਾਂ ਨਾ। ਉੱਥੇ ਜੇ ਰੂਲ ਰੈਗੂਲੇਸ਼ਨ ਚੇਂਜ ਹੋ ਜਾਂਦੇ ਨੇ, ਬੱਚੇ ਫਿਰ ਵਾਪਸ ਆਉਂਦੇ ਨੇ, ਅਤੇ ਨਾ ਆਪਾਂ ਇੱਧਰ ਜੋਗੇ ਅਤੇ ਨਾ ਆਪਾਂ ਉੱਧਰ ਜੋਗੇ। ਕੋਈ ਪਹਿਲਾਂ ਹੀ ਆਪਣੇ ਬੱਚਿਆਂ ਨੂੰ ਇੱਥੇ ਆਪਾਂ ਰੁਜ਼ਗਾਰ ਜਿਹੜਾ ਸੈੱਟ ਕਰੀਏ, ਆਪਣਾ ਬਿਜ਼ਨਸ ਚਲਾ ਲਓ, ਕੁਛ ਕਰਾ ਲਓ, ਜੇ ਨਹੀਂ ਖੇਤੀਬਾੜੀ ਕਰਦਾ ਉਹਨੂੰ ਬਿਜ਼ਨਸ ਚਲਾ ਲਓ, ਆਪਦਾ ਕੋਈ ਆਪਣੇ ਹੱਥੀਂ ਕੰਮ ਕਰੇ। ਸੈਂਕੜੇ ਨੌਜਵਾਨ ਖੜ੍ਹੇ ਨੇ, ਫਿਰ ਆਪਾਂ ਇਹ ਗੱਲ ਬਣਾਉਂਦੇ ਹਾਂ ਵੀ ਬਾਹਰੋਂ ਆਉਂਦੇ ਨੇ ਜੀ, ਉਹ ਦੇਖੋ ਜੀ ਸਾਡਾ ਕੰਮ ਸਾਂਭ ਲਿਆ ਉਹਨਾਂ ਨੇ, ਜਦੋਂ ਆਪਾਂ ਹੀ ਬਾਹਰ ਦੇ ਮੁਲਕਾਂ ਚਲੇ ਗਏ ਅਤੇ ਫਿਰ ਗੱਲ ਕਿੱਥੇ ਖੜ੍ਹ ਗਈ? ਗੱਲਬਾਤ ਹੋਰਾਂ ਦੇ ਨਾਲ ਕਰ ਲੈਂਦੇ ਹਾਂ, ਵੱਡਾ ਮੁੱਦਾ ਬੇਰੁਜ਼ਗਾਰੀ ਦਾ ਚੱਕਿਆ, ਗੱਲਬਾਤ ਕਰ ਲੈਂਦੇ। ਭਾਅ ਜੀ ਕੀ ਨਾਮ ਆਪਣਾ? ਮੇਜਰ ਸਿੰਘ ਜੀ। ਵੱਡਾ ਮੁੱਦਾ ਚੱਲ ਰਿਹਾ ਬੇਰੁਜ਼ਗਾਰੀ ਮੁੱਖ ਤੌਰ 'ਤੇ, ਕਹਿੰਦੇ ਨੌਜਵਾਨ ਧੜਾ ਧੜ ਜਾ ਲੱਦ ਲੱਦ ਕੇ ਜਾਈ ਜਾਂਦੇ ਕੰਟਰੀਆਂ ਦੇ ਵਿੱਚ, ਕਨੇਡਾ, ਦੁਬਈ, ਕਹਿੰਦੇ ਕਿੱਥੇ ਹੀ ਮਿਲ ਜਾਵੇ ਕੰਮ ਮਿਲ ਜਾਵੇ, ਕਹਿੰਦੇ ਇੱਥੋਂ ਪਿੱਛੇ ਛੱਡੇ। ਹਾਂਜੀ ਸਰ, ਇੱਥੇ ਫਿਰ ਇਹਨਾਂ ਨੇ ਕਿਹਾ ਸੀ ਨਾ, ਮੋਦੀ ਸਾਹਿਬ ਨੇ ਵੀ 2 ਕਰੋੜ ਰੁਜ਼ਗਾਰ ਦਊਂਗਾ, ਕੈਪਟਨ ਸਾਹਿਬ ਨੇ ਕਿਹਾ ਸੀ ਮੈਂ ਰੁਜ਼ਗਾਰ ਦਊਂਗਾ, 20 ਲੱਖ ਨੌਕਰੀਆਂ ਦਊਂਗਾ, ਨਹੀਂ ਦਈਆਂ। ਅਤੇ ਕੈਪਟਨ ਸਾਹਿਬ ਨੇ ਕਿਹਾ ਸੀ ਵੀ ਮੈਂ 2 ਹਫ਼ਤੇ 'ਚ ਨਸ਼ਾ ਖਤਮ ਕਰ ਦਊਂਗਾ, 4 'ਚ ਕਰ ਦਊਂਗਾ। ਕੇਜਰੀਵਾਲ ਕਹਿੰਦਾ 2 ਮਹੀਨੇ 'ਚ ਕਰ ਦਊਂਗਾ। ਨਾ ਨਸ਼ਾ ਖਤਮ ਹੋਇਆ ਨਾ, ਅਤੇ ਨਾ ਜਿਹੜਾ ਸੀਗਾ ਉਹ ਕੋਈ ਰੁਜ਼ਗਾਰ ਪੈਦਾ ਹੋਇਆ, ਅਤੇ ਬਾਹਰ ਜਾਣ ਤੋਂ ਬਿਨਾਂ ਬੱਚਿਆਂ ਕੋਲ ਆਪਸ਼ਨ ਕੋਈ ਨਹੀਂ ਜੀ। ਉਹ ਕਹਿੰਦਾ ਜ਼ਿਮੀਂਦਾਰਾਂ ਦਾ ਕਰਜ਼ਾ ਮਾਫ਼ ਕਰ ਦਊਂਗਾ, ਬੈਂਕਾਂ ਦਾ ਹੋਵੇ, ਪ੍ਰਾਈਵੇਟ ਹੋਵੇ, ਕੋਈ ਵੀ, ਅਤੇ ਸਾਰੇ ਜ਼ਿਮੀਂਦਾਰ ਖੜ੍ਹੇ ਨੇ, ਪੁੱਛੋ ਕਿੰਨਿਆਂ ਦਾ ਕਰਜ਼ਾ ਮਾਫ਼ ਹੋਇਆ। ਤਾਂ ਵੱਡੇ ਸਵਾਲ ਸਰਕਾਰ ਨੂੰ ਲੋਕਾਂ ਨੇ ਕੀਤੇ ਜਨਤਾ ਦੀ ਕਚਹਿਰੀ ਦੇ ਵਿੱਚ, ਇੱਕ ਵਧੀਆ ਡਿਸਕਸ਼ਨ ਲੋਕਾਂ ਵੱਲੋਂ ਕੀਤੀ ਗਈ, ਕਹਿੰਦੇ ਫ੍ਰੀ ਦੀ ਰੇਵੜੀਆਂ ਨਾ ਹੋਣ, ਜਿਹੜੇ ਜੁਮਲੇ ਪੜਾਉਂਦੇ ਨੇ, ਗੱਲਾਂ ਬਾਤਾਂ ਕਰਦੇ ਨੇ, ਵਾਅਦੇ ਕਰਦੇ ਨੇ, ਇਹਨਾਂ ਤੋਂ ਪਰਹੇਜ਼ ਰੱਖਿਆ ਜਾਵੇ। ਮੁੱਖ ਤੌਰ 'ਤੇ ਨੌਜਵਾਨੀ ਜਿਹੜੀ ਬਾਹਰ ਜਾ ਰਹੀ ਆ, ਪ੍ਰਵਾਸ ਕਰ ਰਹੀ ਆ, ਉਹਨੂੰ ਇੱਥੇ ਰੁਜ਼ਗਾਰ ਦੇ ਕੇ ਇੱਥੇ ਠੱਲਿਆ ਜਾਵੇ, ਭਾਵੇਂ ਬਿਜ਼ਨਸ ਰਾਹੀਂ ਹੋ ਗਿਆ ਜਾਂ ਪ੍ਰਾਈਵੇਟ ਸੈਕਟਰ ਰਾਹੀਂ ਜਾਂ ਸਰਕਾਰੀ ਨੌਕਰੀਆਂ ਰਾਹੀਂ। ਇਸ ਵਿਚਕਾਰ ਵੱਡੇ ਸਵਾਲ ਵੀ ਸਰਕਾਰ 'ਤੇ ਲਗਾਤਾਰ ਖੜ੍ਹੇ ਹੋ ਰਹੇ ਨੇ ਕਿ ਜੋ ਨੌਜਵਾਨ ਬਾਹਰ ਜਾ ਰਹੇ ਨੇ ਉਹਨਾਂ ਨੂੰ ਕਿਸ ਤਰੀਕੇ ਦੇ ਨਾਲ ਰੋਕਿਆ ਜਾਵੇ।